द वे फॉरवर्ड इज थोड़ा बहुत बहुत स्वागत है। मैं थोड़ा होस्ट हरजोत सिंह। असी पिछले हफ्तियां विच गल शुरू की सी कि अपने सभ्याचार नूं, अपने कल्चर नूं, अपने विरसे नूं जिंदा रखने लई लैंग्वेज की किन्नी लोड़ है। और असी ये गल की कि लैंग्वेज नूं जिंदा रखने लई क्या सिर्फ उस लैंग्वेज विच गल कर पाना, उसका म्यूजिक सुनना, ब्याह शादियों में उसते भांगड़े पाना, साल इस दो बार पंजाबी सूट पा लेना, क्या वो काफ़ी है या सानू होर काम करना पेगा उसके लिटरेचर नूं प्रिजर्व करन विच और प्रोपोगेट करन विच। आज इस इंपॉर्टेंट इशू ते गल करन वास्ते असी आमंत्रित किया है एक मशहूर पंजाबी राइटर सरदार बलबीर सिंह मोमी जी नूं। ਬਲਬੀਰ ਜੀ ਸਾਡੇ ਨਾਲ ਕੈਨੇਡਾ ਤੋਂ ਸਕਾਈਪ ਦੇ ਰਾਹੀਂ ਜੁੜਾਂਗੇ। ਬਲਬੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਹਾਡਾ ਵੀ ਹਰਜੋਤ ਜੀ ਬਹੁਤ ਬਹੁਤ ਮਿਹਰਬਾਨੀ ਹੈ ਕਿ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਜੋ ਵੀ ਅਸੀਂ ਜਿਸ ਵਿਸ਼ੇ 'ਤੇ ਗੱਲ ਕਰਾਂਗੇ ਉਹਦੇ ਲਈ ਮੈਨੂੰ ਚੁਣਿਆ ਔਰ ਮੈਨੂੰ ਖੁਸ਼ੀ ਹੈ ਕਿ ਮੈਂ ਜਿਹੜੇ ਤੁਹਾਡੇ ਸਵਾਲ ਹੋਣਗੇ ਉਹਨਾਂ ਦੇ ਬਹੁਤ ਠੀਕ ਜਵਾਬ ਦੇਵਾਂਗਾ ਕਿਉਂਕਿ ਮੇਰਾ ਸਾਰੀ ਉਮਰ ਹੀ ਪੰਜਾਬੀ ਬੋਲੀ, ਪੰਜਾਬੀ ਸਾਹਿਤ ਅਤੇ ਪੰਜਾਬੀ ਸੱਭਿਆਚਾਰ ਨਾਲ ਵਾਸਤਾ ਰਿਹਾ ਹੈ ਔਰ ਮੈਂ ਇਸੇ ਡਿਪਾਰਟਮੈਂਟ ਆਫ ਲੈਂਗੁਏਜ ਲਿਟਰੇਚਰ ਐਂਡ ਕਲਚਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਬਤੌਰ ਲੈਕਚਰਰ ਕੰਮ ਵੀ ਕਰਦਾ ਰਿਹਾ ਹਾਂ। ਜੀ ਜੀ, ਅਸੀਂ ਤੁਹਾਨੂੰ ਦੱਸ ਦਈਏ ਕਿ ਬਲਬੀਰ ਸਿੰਘ ਮੋਮੀ ਜੀ ਨੇ ਕੋਈ 32 ਤੋਂ ਜ਼ਿਆਦਾ ਕਿਤਾਬਾਂ ਲਿਖੀਆਂ ਔਰ ਉਹਨਾਂ ਉੱਪਰ ਐਟ ਪ੍ਰੈਜੈਂਟ ਵੀ PhDs ਕੀਤੀ ਜਾਂਦੀਆਂ ਉਹਨਾਂ ਦੀ ਕੰਟਰੀਬਿਊਸ਼ਨ ਟੂ ਪੰਜਾਬੀ ਲਿਟਰੇਚਰ ਐਂਡ ਪੰਜਾਬੀ ਕਲਚਰ। ਬਲਬੀਰ ਸਿੰਘ ਜੀ, ਸਾਡੇ ਨਾਲ ਗੱਲ ਕਰਨ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਨੂੰ ਸਭ ਤੋਂ ਪਹਿਲਾਂ ਤੁਸੀਂ ਆਪਣੇ ਪਿਛੋਕੜ ਬਾਰੇ ਕੁਝ ਦੱਸੋ। ਤੁਹਾਡਾ ਜਨਮ ਕਦ ਹੋਇਆ, ਤੁਸੀਂ ਕਦ ਕੈਨੇਡਾ ਆਏ? ਮੇਰਾ ਜਨਮ ਜਿਹੜਾ ਹੁਣ ਪਾਕਿਸਤਾਨ ਹੈ ਜੀ, ਉਹਦੇ ਵਿੱਚ ਹੋਇਆ ਸੀ। ਉਹਨੂੰ ਬਾਹਰ ਕਹਿੰਦੇ ਸਨ, ਉੱਥੇ ਬਾਹਰ ਵਿੱਚ ਸਾਡੇ ਵਡੇਰਿਆਂ ਨੂੰ ਮਰਬੇ ਮਿਲੇ ਹੋਏ ਸਨ। ਉਹ ਲੋਕ ਜ਼ਿਲ੍ਹਾ ਅੰਮ੍ਰਿਤਸਰ 'ਚੋਂ, ਮਾਝੇ 'ਚੋਂ ਜੰਗਲ ਸਾਫ ਕਰਕੇ ਉਹਨਾਂ ਨੂੰ ਵਾਹੀ ਹੇਠ ਲਿਆ ਕੇ ਜੰਗਲਾਂ ਨੂੰ ਜਿਹੜੇ ਵਾਹੀ ਯੋਗ ਜ਼ਮੀਨਾਂ ਬਣਾਈਆਂ, ਵੱਡੀਆਂ ਜ਼ਮੀਨਾਂ ਦੇ ਮਾਲਕ ਬਣੇ। ਉਹ ਮੈਂ ਬਚਪਨ 'ਚ ਥੋੜ੍ਹਾ ਥੋੜ੍ਹਾ ਵੇਖਿਆ ਹੈ, ਪਰ ਮੇਰਾ ਜਨਮ ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ ਨਵਾਂ ਪਿੰਡ ਚੱਕ ਨੰਬਰ 78 ਪਾਕਿਸਤਾਨਾ ਹੁਣ ਉੱਥੇ ਹੋਇਆ। ਸਾਡੇ ਪਿੰਡ ਤੋਂ ਸੱਚਾ ਸੌਦਾ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕੀਤਾ ਸੀ, 12 ਮੀਲ ਦੂਰ ਸੀ। ਅਤੇ ਨਨਕਾਣਾ ਸਾਹਿਬ ਜਿੱਥੇ ਉਹਨਾਂ ਦਾ ਜਨਮ ਹੋਇਆ ਉਹ 16 ਮੀਲ ਦੂਰ ਸੀ। ਉਦੋਂ ਕੱਚੀਆਂ ਸੜਕਾਂ ਸਨ, ਬੱਸਾਂ ਵਗੈਰਾ ਨਹੀਂ ਚੱਲਦੀਆਂ ਸਨ। ਜੇ ਗੱਡੀ ਚੜ੍ਹ ਕੇ ਜਾਣਾ ਹੋਵੇ ਤਾਂ ਕਾਫੀ ਤੁਰ ਕੇ ਜਾਣਾ ਪੈਂਦਾ ਸੀ। ਮੈਂ ਆਪਣੇ ਬਚਪਨ ਵਿੱਚ ਇਹਨਾਂ ਥਾਵਾਂ 'ਤੇ ਤੁਰ ਕੇ ਜਾਂ ਗੱਡਿਆਂ ਦੇ ਉੱਤੇ ਸੱਚੇ ਸੌਦੇ ਵੀ, ਨਨਕਾਣਾ ਸਾਹਿਬ ਵੀ ਜਾਂਦਾ ਰਿਹਾ ਹਾਂ। ਅੱਜ ਜਦ ਨਨਕਾਣਾ ਸਾਹਿਬ ਜਾਂ ਸੱਚਾ ਸੌਦਾ ਵਿਖੇ ਪਾਕਿਸਤਾਨ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਵੱਡੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ, ਕਰਤਾਰਪੁਰ ਵੀ ਸੰਗਤਾਂ ਗਈਆਂ ਹਨ, ਤਾਂ ਮੈਨੂੰ ਇੰਝ ਲੱਗਦਾ ਹੈ ਕਿ ਮੈਂ ਮੁੜ ਆਪਣੇ ਪਿੰਡ ਪਹੁੰਚ ਗਿਆ ਹੈ, ਮੁੜ ਉਹਨਾਂ ਥਾਵਾਂ 'ਤੇ ਚਲਾ ਗਿਆ ਹੈ ਜਿੱਥੇ ਬਚਪਨ 'ਚ ਮੇਰੇ ਪੈਰ ਲੱਗੇ ਸੀ, ਜਿਹਨਾਂ ਨਿੱਕੇ ਨਿੱਕੇ ਪੈਰਾਂ ਨਾਲ ਤੁਰ ਕੇ ਮੈਂ ਨਨਕਾਣੇ ਸਾਹਿਬ ਜਾਂਦਾ ਸਾਂ, ਉਹਨਾਂ ਹੀ ਪੈਰਾਂ ਨਾਲ ਕਦੇ ਤੁਰ ਕੇ ਸੱਚੇ ਸੌਦੇ ਜਾਂਦਾ ਸਾਂ। ਮੇਰੇ ਅੱਗੇ ਆਪਣੇ ਬਚਪਨ ਦਾ ਉਹ ਨਕਸ਼ਾ ਅੱਜ ਫਿਰ ਤਾਜ਼ਾ ਹੋ ਗਿਆ ਹੈ ਜੀ। ਬਲਬੀਰ ਸਿੰਘ ਜੀ, ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੇ ਸਾਹਿਤਕ ਜੀਵਨ ਬਾਰੇ ਗੱਲ ਕਰੀਏ, ਤੁਸੀਂ ਸਾਨੂੰ ਦੱਸੋ ਕਿ ਤੁਸੀਂ ਕੀ ਫੀਲ ਕਰਦੇ ਹੋ ਕਿ ਇੱਕ ਕਿਸੇ ਵੀ ਲੈਂਗੁਏਜ ਦੀ, ਕਿਸੇ ਵੀ ਕਲਚਰ ਦੇ ਲਿਟਰੇਚਰ ਨੂੰ ਪ੍ਰਿਜ਼ਰਵ ਕਰਨਾ ਕਿੰਨਾ ਜ਼ਰੂਰੀ ਹੈ ਉਸ ਕਲਚਰ ਨੂੰ ਬਚਾਉਣ ਲਈ? ਇਹਦਾ ਜਵਾਬ ਇਹ ਹੈ ਜੀ, ਪਹਿਲੀ ਗੱਲ ਤਾਂ ਲੈਂਗੁਏਜ ਨੂੰ, ਆਪਣੀ ਭਾਸ਼ਾ ਨੂੰ, ਆਪਣੀ ਬੋਲੀ ਨੂੰ ਬਚਾਉਣਾ ਹੈ ਜੀ। ਜੇ ਬੋਲੀ ਨਹੀਂ ਬਚੇਗੀ ਤਾਂ ਫਿਰ ਲਿਟਰੇਚਰ ਜਿਹੜਾ ਉਹ 'ਚ ਪੈਦਾ ਹੋਣਾ ਉਹ ਉਹਤੋਂ ਅਗਲੀ ਸਟੇਜ ਹੈ ਜੀ। ਇਹ ਬੋਲੀ ਜਿਹੜੀ ਪੰਜਾਬੀ ਅਸੀਂ ਬੋਲਦੇ ਹਾਂ ਬੜੀ ਹੀ ਤਾਕਤਵਰ ਬੋਲੀ ਹੈ। ਇਸਦਾ ਇਤਿਹਾਸ ਬਾਬਾ ਫਰੀਦ ਦੇ ਲਾਗੇ ਸ਼ੁਰੂ ਹੁੰਦਾ ਹੈ। ਇਸ ਬੋਲੀ ਨੂੰ ਕਿੰਨੀਆਂ ਹਕੂਮਤਾਂ ਆਈਆਂ, ਕਿੰਨੇ ਧਰਮ ਬਦਲੇ, ਕਿੰਨੇ ਰਾਜ ਬਦਲੇ। ਮੁਸਲਮਾਨੀ ਰਾਜ ਰਿਹਾ 1000 ਸਾਲ, ਹਿੰਦੁਸਤਾਨ ਵਿੱਚ ਅੰਗਰੇਜ਼ ਆਏ, ਪਰ ਪੰਜਾਬੀ ਬੋਲੀ ਨੂੰ ਕੋਈ ਖਤਮ ਨਹੀਂ ਕਰ ਸਕਿਆ। ਕਈ ਲੋਕ ਮੈਨੂੰ ਕਹਿੰਦੇ ਨੇ ਪੰਜਾਬੀ ਬੋਲੀ ਖਤਮ ਹੋਣ ਵਾਲੀ ਹੈ ਜਾਂ ਹੋ ਜਾਵੇਗੀ, ਮੈਂ ਕਹਿੰਦਾ ਨਹੀਂ, ਜੇ ਪੰਜਾਬੀ ਬੋਲੀ ਅੱਜ ਤੱਕ ਖਤਮ ਨਹੀਂ ਹੋਈ ਤਾਂ ਇਹ ਕਦੇ ਵੀ ਨਹੀਂ ਖਤਮ ਹੋ ਸਕੇਗੀ, ਹੋਰ ਵਧੇਗੀ। ਇਹਦੇ ਵਿੱਚ ਲਿਟਰੇਚਰ ਪੈਦਾ ਹੁੰਦਾ ਜਾ ਰਿਹਾ ਹੈ,
ਪਹਿਲਾਂ ਜ਼ਿਆਦਾ ਸੂਫੀ ਲਿਟਰੇਚਰ ਜਾਂ ਬਾਣੀ ਵਾਲਾ ਲਿਟਰੇਚਰ ਸੀ, ਕਿੱਸੇ ਕਾਵਿ ਸਨ। ਹੁਣ ਲਿਟਰੇਚਰ ਦੀਆਂ ਕਈ ਸਿਨਫਾਂ ਨੇ, ਕਈ ਪਾਸੇ ਨੇ, ਉਹ ਸਾਰਾ ਲਿਟਰੇਚਰ ਪੈਦਾ ਹੋ ਰਿਹਾ ਹੈ। ਕਿੰਨੀਆਂ ਯੂਨੀਵਰਸਿਟੀਆਂ 'ਚ ਐਮ ਏ ਪੰਜਾਬੀ ਪੜ੍ਹਾਈ ਜਾ ਰਹੀ ਹੈ, ਉਹਦੇ ਵਿੱਚ ਕੋਰਸ 'ਚ ਲੱਗਣ ਵਾਲੀਆਂ ਕਿਤਾਬਾਂ ਨੇ ਜਿਹੜੀਆਂ, ਉਹ ਵੀ ਪੜ੍ਹਾਈਆਂ ਜਾ ਰਹੀਆਂ ਨੇ। ਸੋ ਪੰਜਾਬੀ ਬੋਲੀ ਦਾ ਭਵਿੱਖ ਕੱਲ੍ਹ ਵੀ ਉਜਲਾ ਸੀ, ਅੱਜ ਵੀ ਉਜਲਾ ਹੈ, ਅਤੇ ਆਉਣ ਵਾਲੇ ਕੱਲ੍ਹ ਵਿੱਚ ਵੀ ਉਜਲਾ ਰਹੇਗਾ। ਜੇ ਕੋਈ ਕਹਿੰਦਾ ਤਾਂ ਮੈਂ ਉਹਦੇ ਨਾਲ ਸਹਿਮਤ ਨਹੀਂ ਹੈ। ਪੰਜਾਬੀ ਬੋਲੀ ਨੂੰ ਕੋਈ ਬੰਦਾ, ਕੋਈ ਤਾਕਤ ਉਸ ਨੂੰ, ਜਦੋਂ ਤਾਕਤਾਂ ਸੀਗੀਆਂ, ਜਦੋਂ ਮੁਸਲਮਾਨੀ ਰਾਜ ਸੀ, ਜੇ ਉਦੋਂ ਨਹੀਂ ਖਤਮ ਹੋ ਸਕੀ, ਅਤੇ ਹੁਣ ਤਾਂ ਵੱਧ ਰਹੀ ਹੈ। ਬਲਕਿ ਇੱਥੋਂ ਤੱਕ ਜਿੱਥੇ ਜਿੱਥੇ ਪੰਜਾਬੀ ਗਏ ਨੇ, ਪੰਜਾਬੀ ਬੋਲੀ ਉੱਥੇ ਵੀ ਪਹੁੰਚ ਗਈ ਹੈ। ਤੁਸੀਂ ਕੈਨੇਡਾ ਅਮੈਰੀਕਾ 'ਚ ਵੇਖ ਲਓ, ਹੁਣ ਵੀ ਜਿਹੜੀ ਆਪਣੀ ਗੱਲਬਾਤ ਹੋ ਰਹੀ ਹੈ, ਤੁਸੀਂ ਅਮਰੀਕਾ ਹੋ, ਮੈਂ ਕੈਨੇਡਾ ਬੈਠਾ, ਤਾਂ ਗੱਲਬਾਤ ਤਾਂ ਪੰਜਾਬੀ ਵਿੱਚ ਹੋ ਰਹੀ ਹੈ। ਨਹੀਂ ਜੀ, ਬਲਬੀਰ ਸਿੰਘ ਜੀ, ਇਹ ਗੱਲ ਸਾਨੂੰ ਸੋਚਣ ਦੀ ਲੋੜ ਹੈ ਕਿ ਐਟ ਪ੍ਰੈਜ਼ੈਂਟ ਜਿਹੜੇ ਅਸੀਂ ਲੋਕ, ਮੈਂ ਔਰ ਤੁਸੀਂ ਗੱਲ ਕਰ ਰਹੇ ਹਾਂ, ਸਾਡਾ ਜਨਮ ਪਿੱਛੇ ਇੰਡੀਆ ਦਾ ਹੈ, ਪੰਜਾਬ ਦਾ ਹੈ, ਤੁਹਾਡਾ ਪਾਕਿਸਤਾਨ ਦਾ ਹੈ, ਅਸੀਂ ਇੱਕ ਸਿਸਟਮ ਵਿੱਚੋਂ ਆਏ ਹਾਂ, ਇੱਕ ਕਲਚਰ ਵਿੱਚੋਂ ਨਿਕਲੇ ਹਾਂ, ਜਿੱਥੇ ਅਸੀਂ ਇਹਨਾਂ ਨੈਚੁਰਲੀ ਪੰਜਾਬੀ ਸਿੱਖੀ, ਸਿੱਖ ਧਰਮ ਦੇ ਬਾਰੇ 'ਚ ਸਿੱਖਿਆ, ਇੱਕ ਈਕੋ ਸਿਸਟਮ ਹੈਗਾ। ਨੋਟ ਨੈਸੈਸਰਲੀ ਅਸੀਂ ਬੜੇ ਗੁਣੀ ਗਿਆਨੀ ਹੋਈਏ, ਮਗਰ ਇੱਕ ਸਿਸਟਮ ਵਿੱਚ ਅਸੀਂ ਸਿੱਖਦੇ ਹਾਂ, ਮਗਰ ਬਾਹਰ ਦੇ ਵਸਦੇ ਮੁਲਕਾਂ ਵਿੱਚ ਉਹ ਜਿਹੜਾ ਸਿਸਟਮ ਹੈ, ਉਹ ਜਿਹੜਾ ਈਕੋ ਸਿਸਟਮ ਹੈ, ਉਹ ਐਗਜ਼ਿਸਟ ਨਹੀਂ ਕਰਦਾ। ਅਤੇ ਸਾਨੂੰ ਕੁਛ ਡੈਲੀਬਰੇਟ ਐਫਰਟਸ, ਕੁਛ ਸਟੈਪਸ, ਕੁਛ ਇੰਸਟੀਟਿਊਸ਼ਨਸ ਐਸੇ ਕ੍ਰੀਏਟ ਕਰਨੇ ਪੈਣੇ, ਜਿਨ੍ਹਾਂ ਵਿੱਚ ਇੱਥੇ ਦੇ ਬੱਚੇ, ਦੋ ਜਨਰੇਸ਼ਨਸ ਡਾਊਨ ਦਾ ਲਾਈਨ ਅਸੀਂ ਦੇਖੀਏ, ਅਤੇ ਉਹ ਉਸ ਲੈਂਗੁਏਜ ਨੂੰ, ਉਸ ਵਿਰਸੇ ਨੂੰ ਸਾਂਭ ਸਕਣ, ਸਮਝਣ ਸਕਣ, ਇਸ ਵਾਸਤੇ ਉਹਨਾਂ ਨੂੰ ਤਿਆਰ ਕਰਨਾ ਪਏਗਾ। ਕੀ ਕਹਿੰਦੇ ਹੋ ਤੁਸੀਂ, ਅਗਰ ਤੁਸੀਂ ਅੱਜ ਦੇ ਪੰਜਾਬੀ ਬੱਚੇ ਇੱਥੇ ਦੇ ਦੇਖੋ, ਟੁੱਟੀ ਭਾਜੀ ਪੰਜਾਬੀ ਬੋਲਦੇ ਹਨ, ਪਾਪਾ ਤੂੰ ਕੀ ਕਰਦਾ, ਵੱਧ ਤੋਂ ਵੱਧ ਉਹਨਾਂ ਦਾ ਜਿਹੜਾ ਐਕਸਪੋਜ਼ਰ ਹੈ ਉਹ ਪੰਜਾਬੀ ਗਾਣਿਆਂ ਨਾਲ, ਪੰਜਾਬੀ ਮੂਵੀਜ਼ ਨਾਲ ਹੈ, ਜਿੱਥੇ ਉਹ ਨੱਚ ਲੈਂਦੇ ਹਨ, ਮੇ ਬੀ ਕਾਲਜ ਦੀ ਭੰਗੜਾ ਟੀਮ ਜੁਆਇਨ ਕਰ ਲੈਂਦੇ ਹਨ, ਬਟ ਕਿਆ ਪੰਜਾਬੀ ਲਿਟਰੇਚਰ ਪੜ੍ਹਨਾ, ਸਮਝਣਾ ਜ਼ਰੂਰੀ ਨਹੀਂ ਹੈ ਕਿਸੇ ਵੀ ਸੱਭਿਅਤਾ ਨੂੰ, ਕਿਸੇ ਵੀ ਕਲਚਰ ਨੂੰ ਜ਼ਿੰਦਾ ਰੱਖਣਾ? ਪੰਜਾਬੀ ਬੋਲੀ ਜੇ 1000 ਸਾਲ ਜ਼ਿੰਦਾ ਰਹਿ ਸਕਦੀ ਹੈ ਜੀ, ਚਾਹੇ ਉਦੋਂ ਜਦੋਂ ਸ਼ੁਰੂ ਹੋਈ ਹੈ ਤਾਂ ਗੁਰਮੁਖੀ ਸਕ੍ਰਿਪਟ ਵੀ ਨਹੀਂ ਹੈ ਸੀ ਜੀ, ਪਹਿਲਾਂ ਇਹ ਫਾਰਸੀ ਅੱਖਰਾਂ 'ਚ ਲਿਖੀ ਜਾਂਦੀ ਰਹੀ, ਫਿਰ ਇਹ ਜਦੋਂ ਗੁਰਮੁਖੀ ਸਕ੍ਰਿਪਟ ਆਈ ਉਹਦੇ 'ਚ ਲਿਖੀ ਜਾਂਦੀ ਰਹੀ। ਬੋਲੀ ਬੋਲਣ ਦੀ ਤਾਂ ਕੋਈ ਸਕ੍ਰਿਪਟ ਨਹੀਂ ਹੈ ਜੀ, ਪੰਜਾਬੀ ਬੋਲੀ ਇੰਨੀ ਅਮੀਰ ਔਰ ਇੰਨੀ ਤਾਕਤਵਰ ਇੰਨੀ ਬੋਲੀ ਆ ਕਿ ਇਹਨੂੰ ਕੋਈ ਖਤਮ ਨਹੀਂ ਕਰ ਸਕਿਆ, ਨਾ ਇਹ ਕਦੇ ਖਤਮ ਹੋ ਸਕਦੀ ਹੈ। ਇਸ ਦੀ ਲਿਪੀ ਦੇ ਚੱਕਰ 'ਚ ਜੇ ਅਸੀਂ ਨਾ ਪਈਏ, ਤੇ ਜਦੋਂ ਗੁਰਮੁਖੀ ਲਿਪੀ ਨਹੀਂ ਸੀ ਤਾਂ ਉਸ ਵੇਲੇ ਵੀ ਲਿਪੀ ਫਾਰਸੀ ਲਿਪੀ 'ਚ ਲਿਖੀ ਜਾਂਦੀ ਸੀ। ਫਾਰਸੀ ਲਿਪੀ ਤੋਂ ਬਾਅਦ ਕਿੰਨਾ ਗ੍ਰੰਥ ਇਹਦੇ ਨੇ ਫਾਰਸੀ 'ਚ ਲਿਪੀ ਗਏ, ਕਿੰਨੇ ਕਿੱਸੇ ਲਿਖੇ ਗਏ, ਜਿਹਨਾਂ ਸਮਿਆਂ 'ਚ ਕਿੱਸਿਆਂ ਦਾ ਰਿਵਾਜ਼ ਸੀ ਉਦੋਂ ਉਹ ਪੰਜਾਬੀ ਵਿੱਚ ਲਿਖੇ ਗਏ, ਉਹ ਵੀ ਪੰਜਾਬੀ ਬੋਲੀ ਦੀ ਚੜ੍ਹਤ ਸੀ, ਪੰਜਾਬੀ ਬੋਲੀ ਦਾ ਉਹ ਜਿਹੜਾ ਸੀ ਵਿਕਾਸ ਸੀ। ਉਸ ਤੋਂ ਬਾਅਦ ਜਦੋਂ ਹਿੰਦੁਸਤਾਨ ਆਜ਼ਾਦ ਹੋ ਗਿਆ, ਉਸ ਤੋਂ ਪਿੱਛੋਂ ਪਾਕਿਸਤਾਨ ਉੱਧਰ ਰਹਿ ਗਿਆ, ਪਾਕਿਸਤਾਨ 'ਚ ਵੀ ਐਮ ਏ ਪੰਜਾਬੀ ਹੈ ਜੀ, ਔਰ ਉਹਨਾਂ 'ਚ ਇੱਕ ਪਰਚਾ ਪਾਕਿਸਤਾਨ 'ਚ ਗੁਰਮੁਖੀ ਸਕ੍ਰਿਪਟ ਵਿੱਚ ਜ਼ਰੂਰੀ ਪਰਚਾ ਹੈ। ਜਦਕਿ ਅਸੀਂ ਉੱਥੇ ਜਦੋਂ ਮੈਂ ਜਾਂਦਾ ਰਿਹਾ, ਮੈਂ ਉੱਥੇ ਸਵਾਲ ਕੀਤਾ ਵੀ ਤੁਸੀਂ ਜੇ ਗੁਰਮੁਖੀ ਵਿੱਚ ਜ਼ਿਆਦਾ ਲਿਟਰੇਚਰ ਪੈਦਾ ਹੋ ਰਿਹਾ ਕਿ ਉਹ ਤੁਸੀਂ ਨਹੀਂ ਪੜ੍ਹੋਗੇ, ਗੁਰਮੁਖੀ ਨਹੀਂ ਸਿੱਖੋਗੇ, ਤਾਂ ਜਿਹੜਾ ਲਿਟਰੇਚਰ ਹੈ ਇਹਨੂੰ ਤੁਸੀਂ ਮਜ਼ਹਬ ਦੇ ਅੰਦਰ ਕੈਦ ਨਹੀਂ ਕਰ ਸਕਦੇ। ਪੰਜਾਬੀ ਪੰਜਾਬੀ ਹੈ, ਚਾਹੇ ਉਹ ਕੈਨੇਡਾ 'ਚ ਬੋਲੀ ਜਾਂਦੀ ਅਤੇ ਲਿਖੀ ਜਾਂਦੀ ਹੈ, ਅਮੈਰੀਕਾ ਵਿੱਚ ਹੈ, ਜਾਂ ਉਹ ਜਰਮਨ, ਇੰਗਲੈਂਡ, ਪਾਕਿਸਤਾਨ ਜਾਂ ਇੰਡੀਆ ਵਿੱਚ ਹੈ, ਜਾਂ ਹਰਿਆਣਾ ਵਿੱਚ ਹੈ, ਜਾਂ ਦਿੱਲੀ 'ਚ ਹੈ। ਪੰਜਾਬੀ ਬੋਲੀ ਨਾ ਕਦੇ ਮਰ ਸਕਦੀ ਹੈ, ਨਾ ਇਹਨੂੰ ਕੋਈ ਮਾਰ ਸਕਿਆ, ਨਾ ਇਹ 'ਚ ਪੈਦਾ ਹੋ ਰਿਹਾ ਲਿਟਰੇਚਰ ਕਦੇ ਘੱਟ ਸਕਦਾ, ਇਹ ਵੱਧ ਰਿਹਾ ਹੈ। ਪੰਜਾਬੀ ਦੀ ਐਮ ਏ ਵੇਖੋ ਲਾਹੌਰ ਯੂਨੀਵਰਸਿਟੀ 'ਚ ਹੈਗੀ ਹੈ, ਫਿਰ ਕੁਰੂਕਸ਼ੇਤਰ 'ਚ ਹੈ, ਫਿਰ ਆਪਣੀ ਜੰਮੂ 'ਚ ਹੈਗੀ ਹੈ, ਫਿਰ ਪੰਜਾਬ ਯੂਨੀਵਰਸਿਟੀ 'ਚ ਹੈ, ਦਿੱਲੀ ਯੂਨੀਵਰਸਿਟੀ ਹੈ। ਮੈਂ ਕਿਸੇ ਤਰ੍ਹਾਂ ਵੀ ਨਹੀਂ ਮੰਨ ਸਕਦਾ, ਮੰਨਣ ਨੂੰ ਤਿਆਰ ਨਹੀਂ ਹੈ ਕਿ ਪੰਜਾਬੀ ਬੋਲੀ ਤਰੱਕੀ ਨਹੀਂ ਕਰ ਲਈ। ਪੰਜਾਬੀ ਬੋਲੀ ਤਾਂ ਅੱਗੇ ਵੱਧ ਰਹੀ ਹੈ, ਪੰਜਾਬੀ ਬੋਲੀ ਦੇ ਮਾਪਦੰਡ, ਇਮਤਿਹਾਨ ਲੈਣ ਦੇ ਢੰਗ, ਐਵੈਲੂਏਸ਼ਨ ਦੇ ਪਰਚੇ ਵੇਖਣ ਦੇ ਢੰਗ, ਨੰਬਰ ਲਾਉਣ ਦੇ ਢੰਗ, ਉਹ ਮਾਡਰਨ ਤਰੀਕੇ ਦੇ ਹੋ ਗਏ ਨੇ। ਪਰ ਪੰਜਾਬੀ ਬੋਲੀ ਵਾਸਤੇ ਮੈਂ ਸਦਾ ਹੀ ਬਹੁਤ ਆਸਵੰਦ ਰਿਹਾ ਹੈ, ਅੱਜ ਵੀ ਆਸਵੰਦ ਹਾਂ,
ਔਰ ਮੇਰੇ ਨਾਲ ਦੇ ਹੋਰ ਵੀ ਬਹੁਤ ਸਾਰੇ ਦੋਸਤ ਇਵੇਂ ਸੋਚਦੇ ਨੇ ਕਿ ਜੀ ਨਾ ਮੈਂ ਯੂਨੀਵਰਸਿਟੀਆਂ ਜਾਂਦਾ ਹੈ, ਬੋਲਦਾ ਹੈ ਕਿ ਪੰਜਾਬੀ ਬੋਲੀ ਨੂੰ ਕੋਈ ਨਹੀਂ ਖਤਮ ਕਰ ਸਕਦਾ, ਇਹ ਵੱਧ ਰਹੀ ਹੈ, ਵਧੇਗੀ, ਇਹਦੇ ਰੂਪ ਬਦਲ ਸਕਦੇ ਨੇ, ਜੀ ਬੋਲਣ ਦਾ ਢੰਗ, ਵਿੱਚ ਔਖੇ ਔਖੇ ਸ਼ਬਦ ਆ ਸਕਦੇ ਨੇ, ਪਾਕਿਸਤਾਨ ਵਾਲਿਆਂ ਨੇ ਫਾਰਸੀ ਦੇ ਉਰਦੂ ਦੇ ਔਖੇ ਸ਼ਬਦ ਪਾਤੇ, ਇੱਧਰ ਸਾਡੇ ਵਾਲੇ ਪਾਸੇ ਉਹਦੇ ਸੰਸਕ੍ਰਿਤ ਦੇ ਹਿੰਦੀ ਦੇ ਕੋਈ ਸ਼ਬਦ ਪੈ ਗਏ, ਜੀ ਤਾਂ ਵੀ ਬੇਸਿਕ ਪੰਜਾਬੀ ਜਿਹੜੀ ਹੈਗੀ ਉਹ ਕਾਇਮ ਹੈ। ਪਿੰਡਾਂ 'ਚ ਜਿਹੜੀ ਓਰਿਜਨਲ ਪੰਜਾਬੀ ਕਿਵੇਂ ਬੋਲਦੇ ਨੇ, ਜੀ ਭਾਵੇਂ ਉਹਨੂੰ ਸਿਵਲਾਈਜ਼ਡ ਕਹੋ ਜਾਂ ਅਨਸਿਵਲਾਈਜ਼ਡ, ਪੰਜਾਬੀ ਦਾ ਜਿਹੜਾ ਫਿਊਚਰ ਉਹ ਉਜਲਾ ਹੀ ਉਜਲਾ ਹੈ, ਪੰਜਾਬੀ ਦਾ ਜਿਹੜਾ ਸਿਰ ਉੱਚਾ ਹੀ ਉੱਚਾ ਹੈ, ਪੰਜਾਬੀ ਨੂੰ ਕੋਈ ਖਤਮ ਨਹੀਂ ਕਰ ਬਲਬੀਰ ਸਿੰਘ ਸਕਦਾ। ਜੀ, ਤੁਹਾਡਾ ਆਪਟਿਵਿਜ਼ਮ ਦੇਖ ਕੇ ਬੜੀ ਖੁਸ਼ੀ ਹੋਈ ਹੈ। ਅਸੀਂ ਤੁਹਾਡੇ ਨਾਲ ਇਹ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ। ਦ ਵੇ ਫੋਰਵਰਡ ਇਜ਼ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਅੱਜ ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਪੰਜਾਬੀ ਰਾਈਟਰ ਸਰਦਾਰ ਬਲਬੀਰ ਸਿੰਘ ਮੋਮੀ ਜੀ ਨਾਲ। ਬਲਬੀਰ ਸਿੰਘ ਜੀ, ਸਾਨੂੰ ਦੱਸੋ ਕਿ ਤੁਹਾਡਾ ਸਾਹਿਤਕ ਜੀਵਨ ਕਦ ਸ਼ੁਰੂ ਹੁੰਦਾ ਹੈ, ਕਦ ਕਿਸ ਉਮਰ ਵਿੱਚ ਤੁਸੀਂ ਪਹਿਲੀ ਕਿਤਾਬ ਆਪਣੀ ਪਬਲਿਸ਼ ਕੀਤੀ? ਮੇਰਾ ਸਾਹਿਤਕ ਜੀਵਨ ਜਦੋਂ ਮੈਂ 10ਵੀਂ ਜਮਾਤ ਵਿੱਚ ਪੜ੍ਹਦਾ ਸਾਂ ਜੀ, ਤਾਂ ਮੈਂ ਉਦੋਂ ਕੁਝ ਕਹਾਣੀਆਂ ਲਿਖੀਆਂ ਜੀ। ਮੈਨੂੰ ਕਹਾਣੀ ਲਿਖਣੀ ਨਹੀਂ ਆਉਂਦੀ ਸੀ, ਕਹਾਣੀ ਲਿਖਣ ਦੀ ਕੀ ਟੈਕਨੀਕ ਹੈ ਇਹ ਵੀ ਨਹੀਂ ਪਤਾ ਸੀ, ਪਾਤਰ ਸਾਰੀ ਕੀ ਹੁੰਦੀ ਆ, ਕਲਾਈਮੈਕਸ ਕੀ ਹੁੰਦਾ ਹੈ, ਅੰਤ ਤਾਂ ਕੀ ਹੁੰਦਾ ਹੈ, ਮੱਧ ਕੀ ਹੁੰਦਾ ਹੈ, ਸ਼ੁਰੂ ਕਿਵੇਂ ਕਰਨੀ ਹੈ, ਕੋਈ ਪਤਾ ਨਹੀਂ ਸੀ। ਇੱਕ 10ਵੀਂ 'ਚ ਪੜ੍ਹਦੇ ਸਟੂਡੈਂਟ ਨੂੰ ਕਿੰਨਾ ਕੁ ਪਤਾ ਹੋ ਸਕਦਾ ਹੈ, ਪਰ ਮੈਂ ਪੜ੍ਹਦਾ ਬਹੁਤ ਸਾਂ ਜੀ। ਉਦੋਂ ਇਹ ਬਹੁਤ ਪੁਰਾਣੀ ਗੱਲ ਆ, 1951 ਦੀ, ਉਦੋਂ ਪੰਜਾਬੀ ਦਾ ਕੋਈ ਅਖਬਾਰ ਨਹੀਂ ਹੁੰਦਾ ਸੀ ਪੰਜਾਬ 'ਚ, ਰਸਾਲੇ ਹੁੰਦੇ ਸੀ, ਜੀਵਨ ਪ੍ਰੀਤੀ ਸੀ, ਅਮਰ ਕਹਾਣੀਆਂ ਸੀ, ਪ੍ਰੀਤਮ ਸੀ ਦਿੱਲੀ ਤੋਂ ਨਿਕਲਦਾ, ਉਹ ਮੈਂ, ਮੇਰੇ ਕੋਲ ਪੈਸੇ ਨਹੀਂ ਸੀ ਹੁੰਦੇ, ਮੈਂ ਰੇਲਵੇ ਸਟਾਲ 'ਤੇ ਜਾ ਕੇ ਉੱਥੇ ਕਿਤਾਬਾਂ ਦੇ ਅਖਬਾਰਾਂ ਦੇ ਰਸਾਲੇ ਪਏ ਹੁੰਦੇ ਸੀ, ਉੱਥੋਂ ਲੈ ਕੇ ਬੈਂਚ 'ਤੇ ਬਹਿ ਕੇ ਸਾਰੇ ਪੜ੍ਹ ਕੇ ਉੱਥੇ ਰੱਖ ਦਿੰਦਾ ਸੀ, ਮੈਂ ਸਟੂਡੈਂਟ ਸਾਂ। ਪਰ ਮੈਨੂੰ ਲਗਨ ਵੇਖੋ ਕਿ ਉਹਨਾਂ 'ਚ ਹੌਲੀ ਹੌਲੀ ਮੇਰਾ ਜੀ ਕੀਤਾ ਵੀ ਇਹ ਜੋ ਕੋਈ ਸ਼ਬਦ ਹੈ ਤਾਂ ਮੈਨੂੰ ਲਿਖਣਾ ਆਉਂਦਾ, ਮੈਂ ਕਿਉਂ ਨਾ ਲਿਖਾਂ, ਤਾਂ ਮੈਂ ਵੀ ਲਿਖਣ ਲਈ ਕਿਉਂ ਨਾ ਭੇਜਾਂ। ਲਿਖ ਤਾਂ ਸਕਦੇ ਵੀ ਉਹਦੇ ਵਾਸਤੇ ਪੈੱਨ ਚਾਹੀਦਾ ਜਾਂ ਕਲਮ ਜਾਂ ਆਪਣਾ, ਜੋ ਉਸ ਮੌਕੇ 'ਤੇ ਪੈੱਨ ਤਾਂ ਨਹੀਂ ਸੀ ਹੁੰਦੇ, ਕਲਮ ਨਾਲ ਹੀ ਲਿਖਿਆ ਜਾਂਦਾ ਸੀ, ਕਾਗਜ਼ ਚਾਹੀਦਾ ਸੀ ਜੀ। ਉਸ ਤੋਂ ਬਾਅਦ ਇਹ ਵੀ ਨਹੀਂ ਸੀ ਪਤਾ ਵੀ ਇਹਨੂੰ ਭੇਜਣਾ ਕਿਵੇਂ ਹੈ ਅਖਬਾਰ ਨੂੰ, ਉਹ ਅਖਬਾਰ ਦੇ ਉੱਤੇ ਐਡਰੈਸ ਕਈ ਲਿਖੇ ਹੁੰਦੇ ਸੀ, ਆਹ ਪ੍ਰੈਸ ਦਾ ਨਾਂ, ਫਲਾਣਾ ਨਾਂ, ਫਲਾਣਾ ਨਾਂ, ਮੈਂ ਇਸ ਤਰ੍ਹਾਂ ਲਿਖ ਕੇ ਭੇਜਣਾ ਸ਼ੁਰੂ ਕਰ ਦਿੱਤਾ। ਉਹ ਕਹਾਣੀਆਂ ਮੇਰੀਆਂ ਉਦੋਂ ਦੇ ਜਿਹੜੇ ਪ੍ਰਸਿੱਧ ਰਸਾਲੇ ਸੀ, ਅਮਰ ਕਹਾਣੀਆਂ, ਜੀਵਨ ਪ੍ਰੀਤੀ, ਪ੍ਰੀਤਮ, ਫਤਿਹ, ਆਪਣਾ ਫੁਲਵਾੜੀ ਵਗੈਰਾ 'ਚ ਛਪਣ ਲੱਗ ਪਈਆਂ। 10ਵੀਂ 'ਚ ਪੜ੍ਹਦੇ ਇੱਕ ਬੱਚਾ ਕਹਿ ਲਓ ਜਾਂ ਸਟੂਡੈਂਟ ਕਹਿ ਲਓ, ਉਹਦੀ 14 ਕੁ ਸਾਲ ਦੀ ਉਮਰ ਦੇ ਵਿੱਚ ਕਹਾਣੀਆਂ ਉਹ ਛਪਣ ਲੱਗ ਜਾਣ, ਉਹਦੇ ਲਈ ਇੱਕ ਏਡੇ ਵੱਡੇ ਉਤਸ਼ਾਹ ਵਾਲੀ ਗੱਲ ਸੀ, ਜਦੋਂ ਕਿ ਦੁਨੀਆ ਦਾ ਕੋਈ ਪਤਾ ਨਹੀਂ ਸੀ। ਪਰ ਉਹ ਕਹਾਣੀਆਂ ਕਿਸੇ ਨਾ ਕਿਸੇ ਤਰ੍ਹਾਂ ਜੀਵਨ ਵਿੱਚ ਕੀ ਇਹਨੇ 'ਚ ਬੀਤਿਆ ਸੀ, ਜਿਹੜਾ ਵੱਡੀ ਘਟਨਾ ਬੀਤੀ ਸੀ ਕਿ ਅਸੀਂ ਪਾਕਿਸਤਾਨ 'ਚ ਉੱਜੜ ਕੇ ਆਏ ਸਾਂ ਜੀ, ਉੱਧਰੋਂ ਜਦੋਂ ਇੱਧਰ ਆਏ, ਪਾਲੀਟੀਸ਼ਨ ਮੈਂ ਸਾਰੀ ਆਪਣੇ 11-12 ਸਾਲ ਦੀ ਉਮਰ 'ਚ ਆਪਣੇ ਸਿਰ 'ਤੇ ਹੰਢਾਈ। ਸੱਚਾ ਸੌਦਾ ਕੈਂਪ 'ਚ ਅਸੀਂ 1 ਮਹੀਨਾ ਰਹੇ, ਉਹ ਤੋਂ 12-13 ਮੀਲ ਦੇ ਪਿੰਡ ਸੀ, ਉਦੋਂ ਪੈਦਲ ਤੁਰ ਕੇ ਆਏ, ਮੀਂਹ ਵਰ ਰਹੇ ਸੀ, ਪੱਗਾਂ ਭਿੱਜ ਕੇ ਡਿੱਗ ਪਈਆਂ, ਜੁੱਤੀਆਂ ਵੀ ਲਹਿ ਗਈਆਂ, ਅਤੇ ਇਸ ਤਰ੍ਹਾਂ ਦੀ ਹਾਲਤ ਵਿੱਚ ਉੱਥੇ 1 ਮਹੀਨਾ ਭੁੱਖੇ ਅਤੇ ਆਏ, ਰੋਟੀ ਪਾਣੀ ਦਾ 22 ਲੱਖ ਲੋਕਾਂ ਲਈ ਕੋਈ ਇੰਤਜ਼ਾਮ ਨਹੀਂ ਸੀ, ਜਿਹੜੇ ਉਸ ਇਲਾਕੇ ਦੇ ਹਿੰਦੂ ਸਿੱਖ ਸੱਚਾ ਸੌਦਾ ਕੈਂਪ ਵਿੱਚ ਉਸ ਵੇਲੇ ਠਹਿਰੇ ਹੋਏ ਸਨ। ਕਦੇ ਕਦੇ ਆਸੇ ਪਾਸੇ ਤੋਂ ਮੁਸਲਮਾਨ ਆਉਂਦੇ, ਹਮਲਾ ਕਰਦੇ, ਮਾਰ ਜਾਂਦੇ, ਕਦੇ ਗੱਡੀ ਦੇ ਵਿੱਚੋਂ ਬਲੋਚ ਮਿਲਟਰੀ ਆ ਕੇ ਗੋਲੀਆਂ ਚਲਾ ਕੇ ਸੈਂਕੜੇ ਬੰਦੇ ਮਾਰ ਦਿੰਦੀ, ਉਹ ਸਾਰਾ ਕੁਝ ਮੈਂ ਵੇਖਿਆ, ਅਤੇ ਮੈਂ ਸਾਰਾ ਕੁਝ ਆਪਣੀਆਂ ਬਹੁਤ ਸਾਰੀਆਂ ਕਹਾਣੀਆਂ 'ਚ ਅਤੇ ਆਪਣੀ ਜੀਵਨੀ ਜਿਹਦੇ ਮੈਂ 2 ਭਾਗ ਛਪ ਚੁੱਕੇ ਨੇ, ਕਿਹੋ ਜਿਹਾ ਸੀ ਜੀਵਨ, ਭਾਗ ਪਹਿਲਾ ਅਤੇ ਭਾਗ ਦੂਜਾ, ਅਤੇ ਤੀਜਾ ਮੈਂ ਲਿਖ ਰਿਹਾ ਹੈ, ਕਿਉਂਕਿ ਮੈਂ ਆਪਣੀ ਜੀਵਨ ਨੂੰ 3 ਭਾਗਾਂ 'ਚ ਵੰਡਿਆ, ਪੰਜਾਬ ਬਿਫੋਰ ਪਾਰਟੀਸ਼ਨ, ਪੰਜਾਬ ਆਫਟਰ ਪਾਰਟੀਸ਼ਨ, ਪੰਜਾਬ ਇਨ ਕੈਨੇਡਾ। ਸੋ ਪੰਜਾਬ ਇਨ ਕੈਨੇਡਾ ਮੈਂ ਅੱਧੀ ਲਿਖ ਚੁੱਕਾ ਹੈ, ਉੱਥੇ ਅਜੇ ਮੇਰੀ ਕਲਮ ਰੁਕੀ ਹੋਈ ਹੈ, ਪਰ ਇਹਦੇ ਨਾਲ ਮੈਂ ਜ਼ਿੰਦਗੀ 'ਚ ਜੋ ਵੇਖਿਆ, ਜੋ ਹੰਢਾਇਆ, ਜਿਨ੍ਹਾਂ ਲੋਕਾਂ ਨਾਲ ਵਾਹ ਪਿਆ, ਜਿੰਨੀਆਂ ਮੁਸ਼ਕਲਾਂ 'ਚੋਂ ਚੰਗੇ ਬੰਦੇ ਦੇਣਾ 'ਚੋਂ ਲੰਘਿਆ, ਮੈਂ ਆਪਣੀ ਯਥਾ ਸ਼ਕਤੀ, ਯਥਾ ਬੁੱਧੀ, ਉਹ ਸਾਰਾ ਕੁਝ ਲਿਖਿਆ, ਅਤੇ ਮੇਰੀਆਂ ਬਹੁਤ ਕਿਤਾਬਾਂ ਵੀ ਛਪੀਆਂ।
ਬਲਬੀਰ ਸਿੰਘ ਜੀ, ਇਹ ਜੇ ਤੁਸੀਂ ਦੱਸਿਆ, ਜਿਹੜਾ ਤੁਸੀਂ ਇਹ ਤਿੰਨ ਭਾਗਾਂ ਵਿੱਚ ਇਹ ਕਿਤਾਬ ਲਿਖ ਰਹੇ ਹੋ, ਪੰਜਾਬ ਬਿਫੋਰ ਪਾਰਟੀਸ਼ਨ, ਪੰਜਾਬ ਆਫਟਰ ਪਾਰਟੀਸ਼ਨ, ਔਰ ਅਸੀਂ ਅੰਡਰਸਟੈਂਡ ਕਰਦੇ ਹਾਂ ਤੁਸੀਂ 80s ਵਿੱਚ ਆਏ ਹੋ ਕੈਨੇਡਾ। ਮੈਂ 82 'ਚ ਆਇਆ ਸੀ ਜੀ, ਠੀਕ ਹੈ ਜੀ। ਇਹ ਉਦੋਂ ਬਾਅਦ ਮੈਨੂੰ ਬਹੁਤ ਚਿਰ ਹੋ ਗਿਆ ਇੱਥੇ ਆਇਆ ਜੀ, ਇੱਥੇ ਆ ਕੇ ਮੈਂ ਕਈ ਅਖਬਾਰਾਂ ਦਾ ਐਡੀਟਰ ਰਿਹਾ, ਹੁਣ ਵੀ ਹਾਂ, ਜੀ ਬਹੁਤ ਲਿਖਿਆ, ਕਈ ਕਿਤਾਬਾਂ ਵੀ ਛਪੀਆਂ, ਪਰ ਮੇਰੀ ਜਿਹੜੀ ਕਲਮ ਰੁਕ ਰਹੀ ਹੈ ਨਾ, ਜੀ ਉਹ ਹਰਜੋਤ ਜੀ ਜਿਹੜਾ ਕਿਹੋ ਜਿਹਾ ਸੀ ਜੀਵਨ ਭਾਗ, ਪਹਿਲਾਂ ਪਾਰਟੀਸ਼ਨ ਤੋਂ ਪਹਿਲਾਂ ਦੀ ਗੱਲ, ਜੀ ਕਿਹੋ ਜਿਹਾ ਸੀ ਭਾਗ ਦੂਜਾ, ਉਹ ਪਾਰਟੀਸ਼ਨ ਤੋਂ ਬਾਅਦ ਪੰਜਾਬ ਕਿਹੋ ਜਿਹਾ ਸੀ, ਅਸੀਂ ਅਤੇ ਤੀਜਾ ਕੈਨੇਡਾ ਵਿੱਚ ਆ ਕੇ ਮੈਂ ਜੀਵਨ ਨੂੰ ਕਿਵੇਂ ਵੇਖਿਆ ਹੈ, ਜੀ ਇਹ ਮੈਂ ਲਿਖਿਆ ਹੋਇਆ ਹੈ, ਪਰ ਇਹਨੂੰ ਮੁਕੰਮਲ ਕਰਨ 'ਚ ਮੈਨੂੰ ਮੁਸ਼ਕਿਲ ਆ ਰਹੀ ਹੈ ਇਹ ਕਿ ਮੈਂ ਬਲਬੀਰ ਸਿੰਘ ਜੀ, ਸਟੋਪ ਕਿੱਥੇ ਕਰਾਂ। ਇਹ ਇੱਕ ਬੜੀ ਹੀ ਇੰਪੋਰਟੈਂਟ ਡਾਕੂਮੈਂਟੇਸ਼ਨ ਹੋ ਸਕਦੀ ਹੈ ਪਿਛਲੇ 70-80 ਸਾਲਾਂ ਤੋਂ, ਜੋ ਸਿੱਖ ਕਮਿਊਨਿਟੀ ਵਿੱਚ ਬੜੀ ਇੰਪੋਰਟੈਂਟ ਡਿਵਲਪਮੈਂਟਸ। ਤੁਸੀਂ ਤਿੰਨ ਹਿੱਸਿਆਂ ਵਿੱਚ ਪਾਰਟੀਸ਼ਨ ਤੋਂ ਪਹਿਲਾਂ ਦੀ ਗੱਲ ਕਰ ਰਹੇ ਹੋ, ਫਿਰ ਇੰਡੀਆ ਵਿੱਚ ਪਾਰਟੀਸ਼ਨ ਦੇ ਬਾਅਦ ਜਿਹਦੇ 'ਚ ਬੜੀ ਕੁਛ ਇੰਪੋਰਟੈਂਟ ਮੂਵਮੈਂਟਸ, ਪੰਜਾਬੀ ਸਭਾ ਮੂਵਮੈਂਟ ਜੋ 1978 ਦੀ ਮੂਵਮੈਂਟਸ ਹਨ, ਔਰ ਉਸ ਤੋਂ ਬਾਅਦ 80s ਦੇ ਬਾਅਦ ਜੋ ਸਾਡੀ ਕਮਿਊਨਿਟੀ ਦੇ ਲੋਕ ਬਾਹਰਲੇ ਮੁਲਕਾਂ ਵਿੱਚ ਆਏ ਹਨ, ਉਸ ਚੀਜ਼ ਦੇ ਬਾਰੇ ਵਿੱਚ ਤੁਸੀਂ ਗੱਲ ਕਰ ਰਹੇ ਹੋ, ਅਤੇ ਇਹ ਇੱਕ ਮੈਂ ਸਮਝਾਂਗਾ ਕਿ ਬੜੀ ਇੰਪੋਰਟੈਂਟ ਡਾਕੂਮੈਂਟੇਸ਼ਨ ਸਾਡੀ ਕਮਿਊਨਿਟੀ ਦੀ ਕੰਟੈਂਪਰਰੀ ਪੋਲੀਟੀਕਲ ਔਰ ਸੋਸ਼ਲ ਹਿਸਟਰੀ 'ਤੇ ਹੋ ਸਕਦੀ ਹੈ। ਮੈਂ ਇਸ 'ਤੇ ਕੰਮ ਕਰ ਰਿਹਾ ਹਾਂ ਜੀ, ਇਹ ਤੋਂ ਪਹਿਲਾਂ ਵੀ ਕਈ ਲੋਕਾਂ ਨੇ ਇਸ ਸਬਜੈਕਟ 'ਤੇ, ਇਸ ਵਿਸ਼ੇ 'ਤੇ ਕੰਮ ਕੀਤਾ, ਆਏ ਤਾਂ ਬਹੁਤ ਲੋਕ ਨੇ ਜੀ, ਇਸ ਲੱਖਾਂ ਲੋਕ ਨੇ ਆਪਣੇ ਇੱਥੇ, ਪਰ ਲਿਖਣ ਵਾਲੇ ਤਾਂ ਸਾਰੇ ਨਹੀਂ ਹਨ, ਪਰ ਉਹਨਾਂ ਦੀਆਂ ਜੀਵਨੀਆਂ, ਉਸ ਜੀਵਨ ਦੀ ਮਹੱਤਤਾ, ਉਸ ਜੀਵਨ ਦੀਆਂ ਮੁਸ਼ਕਲਾਂ, ਉਸ ਜੀਵਨ ਦੀਆਂ ਕਾਮਯਾਬੀਆਂ, ਇੱਥੇ ਆ ਕੇ ਸੈਟਲ ਹੋ ਕੇ ਜੋ ਸਿੱਖ ਕਮਿਊਨਿਟੀ ਨੇ ਆਪਣਾ ਨਾਂ ਉੱਚਾ ਕੀਤਾ, ਇਹਨਾਂ ਨਾਂ ਬਣਾਇਆ ਹਰ ਪਹਿਲੂ ਵਿੱਚ, ਹਰ ਐਸਪੈਕਟ ਵਿੱਚ, ਚਾਹੇ ਬਿਜ਼ਨਸ ਹੈ ਜਾਂ ਨੌਕਰੀਆਂ ਨੇ, ਜਾਇਦਾਦਾਂ ਨੇ, ਈਵਨ ਕਿਸੇ ਵੀ ਪਾਸੇ ਉਹ ਪਿੱਛੇ ਨਹੀਂ ਰਹੇ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਂ ਇਹ ਸਭ ਕੁਝ ਵੇਖਦਾ ਹੈ ਕਿ ਅੱਜ ਇਹਨਾਂ ਦਾ ਦਿੱਤਾ ਹੋਇਆ, ਔਰ ਬਹੁਤ ਸਾਰੇ ਇਸ ਲਿਬਾਸ, ਜਿਵੇਂ ਮੈਂ ਜਦੋਂ ਦਾ ਆਇਆ, ਮੈਂ ਆਪਣਾ ਸਿਰ 'ਤੇ ਪੱਗ ਰੱਖੀ ਹੋਈ ਹੈ, ਦਾੜੀ ਵੀ ਉਸੇ ਤਰ੍ਹਾਂ ਸਜਾਈ ਹੋਈ ਹੈ, ਅਤੇ ਹੋਰ ਵੀ ਲੋਕ ਨੇ ਇਹਨਾਂ ਨੇ ਜੋ ਹਿਸਟਰੀ ਕਾਇਮ ਕੀਤੀ ਹੈ ਉਹ ਕਾਬਲੇ ਗੌਰ ਹੈ ਔਰ ਕਾਬਲੇ ਜ਼ਿਕਰ ਹੈ, ਔਰ ਇਹੋ ਜਿਹੀ ਇਹ ਕਾਬਲੇ ਗੌਰ ਰਹਿਣੀ ਚਾਹੀਦੀ ਹੈ ਜੀ। ਜੀ ਜੀ, ਔਰ ਤੁਸੀਂ ਇਸ ਨੂੰ ਡਾਕੂਮੈਂਟ ਕਰ ਰਹੇ ਹੋ, ਸਾਡੇ ਅੱਗੇ ਫਿਊਚਰ ਜਨਰੇਸ਼ਨਸ ਨੂੰ ਵੀ ਪਤਾ ਚੱਲੇਗਾ ਕਿ ਕਿਨ ਚੈਲੇਂਜਸ ਤੋਂ ਹੋ ਕੇ ਕਮਿਊਨਿਟੀ ਨਿਕਲੀ ਹੈ, ਉਹ ਉਸ ਚੀਜ਼ ਨੂੰ ਐਪਰੀਸ਼ੀਏਟ ਕਰਾਂਗੇ। ਜਿਹੜੀ ਇਸ ਕਿਤਾਬ ਦਾ ਪਹਿਲਾ ਭਾਗ ਹੈ ਉਹ ਇੰਡੀਆ ਵਿੱਚ ਪਬਲਿਸ਼ ਕੀਤਾ ਗਿਆ? ਨਹੀਂ, ਭਾਗ ਤਾਂ ਦੋਵੇਂ ਇੰਡੀਆ 'ਚ ਪਬਲਿਸ਼ ਹੋਏ ਨੇ ਜੀ, ਪਰ ਲਿਖੇ ਮੈਂ ਤਿੰਨੇ ਭਾਗ ਕੈਨੇਡਾ 'ਚ ਆ ਕੇ ਨੇ। ਅੱਛਾ, ਕਿਹੋ ਜਿਹਾ ਜੀਵਨ, ਭਾਗ ਪਹਿਲਾ, ਭਾਗ ਦੂਜਾ, ਤੀਜਾ, ਅਜੇ ਅੱਧਾ ਲਿਖਿਆ ਹੋਇਆ ਹੈ ਜੀ, ਮੈਂ ਆ ਕੇ ਇੱਥੇ ਲਿਖਿਆ ਹੈ। ਸ਼ਬਦ ਦੀਆਂ ਕਿਤਾਬਾਂ ਇੰਡੀਆ ਨੇ, ਕਿਉਂਕਿ ਉੱਥੇ ਸਸਤੀਆਂ ਸ਼ਬਦ ਦੀਆਂ ਨੇ ਜੀ, ਪਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਜਿਹੜੇ ਲੋਕ ਇੱਥੇ ਆਏ ਨੇ, ਜਿਨ੍ਹਾਂ ਨੇ ਆ ਕੇ ਇੱਥੇ ਤਰੱਕੀ ਕਰਕੇ ਆਪਣੇ ਪੈਰ ਇੱਥੇ ਜਮਾਏ, ਆਪਣੀ ਸਿੱਖ ਕੌਮ ਦਾ ਨਾਂ, ਪੰਜਾਬੀਆਂ ਦਾ ਨਾਂ ਉੱਚਾ ਕੀਤਾ, ਆਪਣੀਆਂ ਇੰਨੀਆਂ ਕਾਮਯਾਬੀਆਂ ਕੀਤੀਆਂ, ਬੱਚਿਆਂ ਨੂੰ ਪੜ੍ਹਾ ਕੇ ਯੂਨੀਵਰਸਿਟੀਆਂ ਲੈ ਕੇ ਗਏ, ਉਹ ਬੱਚੇ ਅੱਜ ਅੱਛੀਆਂ ਜੋਬ 'ਤੇ ਸੈਟਲ ਹੋ ਗਏ। ਇਹ ਸਾਰੀਆਂ ਗੱਲਾਂ ਮੈਨੂੰ ਬੜੀ ਖੁਸ਼ੀ ਦਿੰਦੀਆਂ ਨੇ ਕਿ ਸਾਡੀ ਪੰਜਾਬੀ ਕਮਿਊਨਿਟੀ ਨੇ, ਜਿਨ੍ਹਾਂ 'ਚ ਖਾਸ ਕਰ ਸਾਡੇ ਜਿਹੜੇ ਸਿੱਖ ਲੋਕ ਨੇ, ਇਹਨਾਂ ਨੇ ਬਹੁਤ ਹੀ ਮਿਹਨਤ ਕਰਕੇ ਆਪਣਾ ਨਾਂ ਇਹਨਾਂ ਮੁਲਕਾਂ ਵਿੱਚ ਬਣਾਇਆ ਹੈ ਔਰ ਅਜੇ ਬਣਾਈ ਜਾ ਰਹੇ ਨੇ ਜੀ। ਜੀ ਜੀ, ਬਲਬੀਰ ਸਿੰਘ ਜੀ, ਅਗਰ ਅਸੀਂ ਤੁਹਾਡੇ ਨਾਲ ਥੋੜ੍ਹੀ ਹੋਰ ਗੱਲ ਕਰੀਏ ਪੰਜਾਬੀ ਲਿਟਰੇਚਰ ਦੇ ਡਿਵਲਪਮੈਂਟ ਦੇ ਬਾਰੇ 'ਚ, ਸਾਨੂੰ ਕੁਛ ਚੀਜ਼ਾਂ ਦੱਸੋ ਜਿਹੜੀ ਬੇਸਿਕਸ ਸਾਨੂੰ, ਜਿਨ੍ਹਾਂ ਦਾ ਗਿਆਨ ਨਹੀਂ ਹੈਗਾ, ਜਿਹੜੀ ਪੰਜਾਬੀ ਲੈਂਗੁਏਜ ਹੈ ਇਹ ਦੋ ਸਕ੍ਰਿਪਟਸ 'ਚ ਲਿਖੀ ਜਾਂਦੀ ਹੈ, ਸ਼ਾਹਮੁਖੀ ਅਤੇ ਗੁਰਮੁਖੀ, ਇਜ਼ ਦੈਟ ਰਾਈਟ? ਹਾਂਜੀ ਹਾਂਜੀ, ਅਤੇ ਜਿਹੜਾ ਜਿਹੜਾ ਗੁਰਮੁਖੀ ਦੀ ਜਿਹੜੀ ਡਿਵਲਪਮੈਂਟ, ਸਵਾਲ ਵਿੱਚ ਰਹਿ ਗਿਆ। ਹਾਂਜੀ, ਗੁਰਮੁਖੀ ਇੱਕ ਬੋਲੀ ਨਹੀਂ ਹੈ ਜੀ, ਗੁਰਮੁਖੀ ਵੇ ਆਫ ਰਾਈਟਿੰਗ ਹੈ, ਗੁਰਮੁਖੀ ਇੱਕ ਲਿਪੀ ਹੈ ਜੀ, ਜਿਹੜੀ 500 ਜਾਂ 500 ਸਾਲ ਤੋਂ ਪਹਿਲਾਂ, ਉਸ ਉਦੋਂ ਵੀ ਪਹਿਲਾਂ
ਕਿਸੇ ਨਾ ਕਿਸੇ ਰੂਪ 'ਚ ਲੰਡਿਆਂ ਦੇ ਰੂਪ 'ਚ ਸੰਸਕ੍ਰਿਤ ਦੇ ਜਾਂ ਹੋਰ ਕਿਸੇ ਐਲਫਾਬੈਟ 'ਚ ਲਿਖੀ ਜਾਂਦੀ ਰਹੀ। ਗੁਰੂ ਸਾਹਿਬਾਨ ਵੇਲੇ ਇਸ ਨੂੰ ਸੋਧ ਕੇ ਗੁਰਮੁਖੀ ਲਿਪੀ ਦਾ ਨਾਂ ਦੇ ਦਿੱਤਾ ਗਿਆ। ਹੁਣ ਪਾਕਿਸਤਾਨ 'ਚ ਵੀ ਬਹੁਤ ਸਾਰੇ ਲੋਕ ਗੁਰਮੁਖੀ ਲਿਪੀ ਪੜ੍ਹਦੇ ਨੇ, ਜਾਣਦੇ ਨੇ, ਔਰ ਕਈ ਲਿਖਦੇ ਵੀ ਨੇ ਯਾਨੀ ਜੀ। ਸੋ ਜੀ ਤੁਸੀਂ ਹੋਰ ਕੀ ਸਵਾਲ ਕਰ ਰਹੇ ਸੀ? ਅਸੀਂ ਇਸ ਬਾਰੇ ਤੁਹਾਡੇ ਨਾਲ ਹੋਰ ਗੱਲ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ। ਦ ਵੇ ਫੋਰਵਰਡ ਇਜ਼ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਅੱਜ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਦੇ ਮਸ਼ਹੂਰ ਰਾਈਟਰ ਬਲਬੀਰ ਸਿੰਘ ਮੋਮੀ ਜੀ ਨਾਲ। ਬਲਬੀਰ ਸਿੰਘ ਜੀ, ਅਸੀਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਇਹ ਗੱਲ ਕਰ ਰਹੇ ਸੀਗੇ ਕਿ ਜਿਹੜੀ ਗੁਰਮੁਖੀ ਲਿਪੀ ਹੈ ਉਸਦੀ ਜਿਹੜੀ ਡਿਵਲਪਮੈਂਟ ਹੈ ਉਹ 15th ਔਰ 16th ਸੈਂਚਰੀ 'ਚ ਹੁੰਦੀ ਹੈ, ਔਰ ਜਿਹੜਾ ਪਹਿਲਾ ਪ੍ਰੋਜ਼ ਉਸਦੇ 'ਚ ਲਿਖਿਆ ਜਾਂਦਾ ਹੈ ਉਹ ਮੋਸਟਲੀ ਜਿਹੜੀ ਜਨਮ ਸਾਖੀ ਹਨ ਗੁਰੂ ਨਾਨਕ ਪਾਤਸ਼ਾਹ ਦੇ ਲਾਈਫ ਦੇ ਬਾਰੇ 'ਚ। ਉਸ ਤੋਂ ਪਹਿਲਾਂ ਸ਼ਾਹਮੁਖੀ ਵਿੱਚ ਪੰਜਾਬੀ ਲੈਂਗੁਏਜ 'ਚ ਕਾਫੀ ਕੰਮ ਹੋਇਆ ਹੈ, ਜਿਵੇਂ ਪਰਸ਼ੀਅਨ 'ਚ ਅਸੀਂ ਗਜ਼ਲ ਕਹਿੰਦੇ ਹਾਂ, ਉਵੇਂ ਜਿਵੇਂ ਸੂਫੀ ਪੋਇਟਰੀ ਪੰਜਾਬੀ 'ਚ ਹੈ ਉਸ ਨੂੰ ਕਾਫੀ ਕਿਹਾ ਜਾਂਦਾ ਹੈ, ਜਿਸਦੇ 'ਚ ਬੁੱਲੇ ਸ਼ਾਹ, ਬਾਬਾ ਫਰੀਦ ਜੈਸੇ ਰਾਈਟਰਸ ਹੋਏ। ਸਾਨੂੰ ਦੱਸੋਗੇ ਇਸ ਬਾਰੇ 'ਚ ਥੋੜ੍ਹਾ ਕੁਛ? ਹਰਜੋਤ ਜੀ, ਜਦੋਂ ਜਿਹੜਾ ਲਿਖਣ ਦਾ ਕੰਮ ਹੈ ਜਿਹੜੀ ਪੀ ਵਿੱਚ ਇਹਨੂੰ ਅਸੀਂ ਮਿਕਸ ਨਾ ਕਰੀਏ ਜੀ, ਤਾਂ ਬਾਬਾ ਫਰੀਦ ਜੀ ਤੋਂ ਲਿਖਤੀ ਰੂਪ ਵਿੱਚ ਜਿਹੜੀ ਕਵਿਤਾ ਕਹਿ ਲਓ, ਬਾਣੀ ਕਹਿ ਲਓ, ਸੂਫੀ ਕਾਵਿ ਕਹਿ ਲਓ ਜੀ, ਬਾਅਦ ਵਿੱਚ ਕਿੱਸਾ ਕਾਵਿ ਵੀ ਆਇਆ, ਪ੍ਰੋਜ਼ ਨਹੀਂ ਇੰਨੀ ਲਿਖੀ ਗਈ। ਪ੍ਰੋਜ਼ ਦਾ ਇਤਿਹਾਸ ਤਾਂ 100-150 ਸਾਲ ਤੋਂ ਪਹਿਲਾਂ ਨਹੀਂ ਮਿਲਦਾ, ਪਰ ਬਾਕੀ ਕਵਿਤਾ ਦੇ ਰੂਪ ਵਿੱਚ ਸ਼ਾਹ ਮੁਹੰਮਦ ਦਾ ਜਿਹੜਾ ਕਿੱਸਾ ਹੈ, ਜੰਗਨਾਮਾ ਸਿੰਘਾਂ ਤੇ ਅੰਗਰੇਜ਼ਾਂ ਦਾ ਜਿਹੜਾ ਹੈ, ਉਹ ਕਿੰਨਾ ਪਾਪੂਲਰ ਹੈ। ਵਾਰਿਸ ਸ਼ਾਹ ਦੀ ਹੀਰ, ਹੋਰ ਰਾਈਟਰ ਨੇ ਜਿਹੜੇ, ਉਹਨਾਂ ਦਾ ਕਲਾਮ ਕਿੰਨਾ ਪਾਪੂਲਰ ਹੈ। ਬੁੱਲੇ ਸ਼ਾਹ ਦਾ ਕਲਾਮ, ਸ਼ਾਹ ਹੁਸੈਨ ਦਾ ਤਾਂ ਮੈਨੂੰ ਬਹੁਤ ਪਸੰਦ ਹੈ, ਕਿਉਂਕਿ ਸ਼ਾਹ ਹੁਸੈਨ ਜਿਵੇਂ ਮਕਬਰੇ 'ਤੇ ਜਾ ਕੇ ਸਾਰਾ ਦਿਨ ਬੈਠਾ ਰਿਹਾ, ਲਾਹੌਰ ਗਿਆ ਮੈਂ, ਜਿੰਨੇ ਵੀ ਰਾਈਟਰ ਹੋਏ ਵਾਰਿਸ ਸ਼ਾਹ, ਬੁੱਲੇ ਸ਼ਾਹ, ਸ਼ਾਹ ਹੁਸੈਨ, ਮੈਂ ਸਾਰਿਆਂ 'ਤੇ ਜਾ ਕੇ ਜ਼ਿਆਰਤ ਕਰਕੇ ਆਇਆ ਹੈ, ਕਿਉਂਕਿ ਇਹਨਾਂ ਲੋਕਾਂ ਨੇ ਮਜ਼ਹਬ ਮਿਲਤ ਤੋਂ ਉੱਚਾ ਉੱਠ ਕੇ ਪੰਜਾਬੀ ਬੋਲੀ ਲਈ, ਪੰਜਾਬੀ ਮਾਂ ਬੋਲੀ ਲਈ, ਪੰਜਾਬੀ ਲਿਟਰੇਚਰ ਲਈ, ਜ਼ਿਆਦਾ ਭਾਵੇਂ ਉਹਦਾ ਕਵਿਤਾ ਦਾ ਹੀ ਰੂਪ ਸੀ, ਪਰ ਉਹਦੇ ਲਈ ਇਹਨਾਂ ਨੇ ਬਹੁਤ ਕੰਮ ਕੀਤਾ ਹੈ। ਮੈਨੂੰ ਉੱਥੇ ਬਹੁਤ ਤਸੱਲੀ ਹੋਈ ਜਾ ਕੇ, ਬਾਗਵਾਨਪੁਰਾ ਜਗ੍ਹਾ ਹੈ ਜਿੱਥੇ ਉਹਦਾ ਮਕਬਰਾ ਹੈ ਸ਼ਾਹ ਹੁਸੈਨ ਦਾ, ਮੈਂ ਪੂਰਾ ਦਿਨ ਉੱਥੇ ਬੈਠਾ ਰਹਿ, ਉਹ ਲੋਕ ਹੈਰਾਨ ਸਨ ਵੀ ਇੱਥੇ ਉੱਥੇ ਕਬਰਾਂ ਹੀ ਕਬਰਾਂ ਸਨ ਜ਼ਿਆਦਾ, ਵੀ ਇਹ ਸਿੱਖ ਇੱਥੇ ਕਿਵੇਂ ਬੈਠਾ ਹੈ। ਪਰ ਮੈਨੂੰ ਬੜੀ ਤਸੱਲੀ ਹੋ ਰਹੀ ਸੀ ਉੱਥੇ ਬੈਠ ਕੇ, ਜਿਵੇਂ ਮੈਂ ਉਹਨਾਂ ਨਾਲ 400-500 ਸਾਲ ਪਹਿਲਾਂ ਦੀਆਂ ਗੱਲਾਂ ਕਰ ਰਿਹਾ ਹਾਂ, ਮੈਂ ਉਹਨਾਂ ਦੇ ਦਿਲ 'ਚ ਵੱਸਿਆ ਹਾਂ, ਮੇਰੇ ਦਿਲ 'ਚ ਵੱਸਿਆ ਹੋਏ ਵੱਸੇ ਹੋਣ, ਮਨ ਅਟਕਿਆ ਬੇਪਰਵਾਹ ਨਾਲ। ਬੁੱਲੇ ਸ਼ਾਹ ਕਹਿੰਦਾ, ਸ਼ਾਹ ਹੁਸੈਨ ਮੈਨੂੰ ਬਹੁਤ ਪਸੰਦ ਹੈਗਾ, ਔਰ ਸ਼ਾਹ ਹੁਸੈਨ ਦੀ ਪੋਇਟਰੀ ਬਹੁਤ ਡੂੰਘੀ ਹੈ, ਔਰ ਸ਼ਾਹ ਹੁਸੈਨ ਗੁਰੂ ਅਰਜਨ ਦੇਵ ਜੀ ਦੇ ਵੇਲੇ ਹੋਇਆ ਹੈ, ਇਹ ਵੱਖਰੀ ਗੱਲ ਹੈ ਕਿ ਉਹਦੀ ਪੋਇਟਰੀ ਉਹਦੇ ਆਪਣੇ ਵਿਚਾਰਾਂ ਮੁਤਾਬਕ ਗੁਰੂ ਗ੍ਰੰਥ ਸਾਹਿਬ 'ਚ ਸ਼ਾਮਿਲ ਨਾ ਹੋ ਸਕੀ, ਪਰ ਫਿਰ ਵੀ ਸਾਰੇ ਹੀ ਉਦੋਂ ਦੇ ਲੋਕ ਆਦਰ ਮਾਨ ਕਰਦੇ ਸਨ, ਇਹ ਅੱਜ ਵੀ ਕਰਦੇ ਹਨ ਜੀ। ਬਲਬੀਰ ਸਿੰਘ ਜੀ, ਅਸੀਂ ਅਗਰ ਪੰਜਾਬ ਦੀ ਰਾਈਟਿੰਗ ਦੇ ਜਿਹੜੇ ਡਿਫਰੈਂਟ ਤਰੀਕੇ ਨੂੰ ਉਹਨਾਂ 'ਚ ਗੱਲ ਕਰੀਏ, ਤਾਂ ਇੱਕ ਜਿਹੜਾ ਪੋਪੂਲਰ ਮੋਡ ਜਿਸਦਾ ਤੁਸੀਂ ਹੁਣੇ ਜ਼ਿਕਰ ਕੀਤਾ, ਜਿਸ ਨੂੰ ਕਿੱਸਾ ਕਿਹਾ ਗਿਆ, ਇਹ ਜਿਹੜੇ ਕਿੱਸੇ ਹਨ ਇਸਦੇ ਵਿੱਚ ਹੀਰ ਰਾਂਝਾ, ਸੋਨੀ ਮਾਈਵਾਲ, ਸੱਸੀ ਪੰਨੂ, ਮਿਰਜ਼ਾ ਸਾਹਿਬਾ, ਇਹ ਸਾਰੇ ਸ਼ਾਹਮੁਖੀ 'ਚ ਲਿਖੇ ਗਏ ਨੇ? ਇਹ ਸਾਰੇ ਬੇਸਿਕਲੀ ਸਾਰੇ ਸ਼ਾਹਮੁਖੀ 'ਚ ਨੇ ਜੀ, ਪਰ ਜਦੋਂ ਗੁਰਮੁਖੀ ਲਿਪੀ ਸ਼ੁਰੂ ਹੋ ਗਈ ਫਿਰ ਇਹ ਗੁਰਮੁਖੀ ਲਿਪੀ 'ਚ ਉਹਨਾਂ ਨੇ ਉਲਥਾ ਕਰਕੇ ਇਸਦਾ ਸਾਰੇ ਛਾਪੇ ਨੇ ਜੀ। ਪਾਕਿਸਤਾਨ 'ਚ ਅਜੇ ਵੀ ਇਹ ਸਾਰੇ ਸ਼ਾਹਮੁਖੀ ਵਿੱਚ ਨੇ। ਇੱਕ ਮੁਹੰਮਦ ਬਖਸ਼ ਹੈਗਾ ਮੁਸਲਮਾਨ ਸ਼ਾਇਰ, ਉਹਦਾ ਕਲਾਮ ਕੋਈ 800-900 ਸਫ਼ੇ ਦੀ ਕਿਤਾਬ ਹੈ, ਉਹਦਾ ਨਾਮ ਮੈਨੂੰ ਭੁੱਲ ਰਿਹਾ, ਉਹ ਸਾਰੀ ਸ਼ਾਹਮੁਖੀ 'ਚ, ਔਰ ਕਾਫੀ ਵੱਡੀ ਕਿਤਾਬ ਆ ਉਹ। ਉਹ ਸਾਨੂੰ ਜਦੋਂ ਮੈਂ ਗਿਆਨੀ ਕੀਤੀ ਹੈ, MA ਕੀਤੀ, ਉਦੋਂ ਮੈਨੂੰ ਪੜ੍ਹਨੀ ਵੀ ਪਈ, ਪਰ ਉਹਦਾ ਨਾਮ ਬੜਾ ਪੁਰਾਣਾ ਹੈ। ਸਿਰਫ ਇਹ ਹੈ ਉਹਨੇ ਇੰਨੀ ਕੁ ਔਖੀ ਪੰਜਾਬੀ ਲਿਖੀ ਹੈ ਜਿਸ 'ਚ ਫਾਰਸੀ ਦੇ ਬੜੇ ਅੱਖਰ ਨੇ, ਜਾਂ ਥੋੜ੍ਹਾ ਜਿਹਾ ਉਹਦੀ ਬਿਆਨ ਕਰਨ ਦਾ ਢੰਗ ਖੁਸ਼ਕ ਹੈ, ਕਿ ਉਹ ਪਾਪੂਲਰ ਨਹੀਂ ਹੋ ਸਕੀ ਜਿੰਨਾ ਸ਼ਾਹ ਮੁਹੰਮਦ ਪਾਪੂਲਰ ਹੋਇਆ, ਜਿੰਨਾ ਵਾਰਿਸ ਸ਼ਾਹ ਪਾਪੂਲਰ ਹੋਇਆ, ਇੰਨਾ ਹੋਰ ਕਵੀ ਨਹੀਂ ਹੋ ਸਕਿਆ। ਬਾਬਾ ਫਰੀਦ ਬਹੁਤ ਪਾਪੂਲਰ ਆ, ਔਰ ਬਾਬਾ ਫਰੀਦ ਦਾ ਮੇਰੇ 'ਤੇ ਬੜਾ ਅਸਰ ਹੈ, ਸ਼ਾਹ ਹੁਸੈਨ ਦਾ ਅਸਰ ਹੈ, ਬੁੱਲੇ ਸ਼ਾਹ ਦਾ ਅਸਰ ਹੈ, ਇਸ ਕਰਕੇ ਜਿਹੜੇ
ਹੁਣ ਵੀ ਜਿਹੜੇ ਉੱਥੋਂ ਦੇ ਸਕਾਲਰ ਨੇ ਆਪਣੇ ਉਹਨਾਂ ਪੁਰਾਣੇ ਜਿਹੜੇ ਰਾਈਟਰਸ ਨੇ ਜਿਹਨਾਂ ਦਾ ਧਰਮ ਮੁਸਲਮਾਨ ਹੈ, ਉਹਨਾਂ ਦੀ ਉਹ ਬੜੀ ਕਦਰ ਕਰਦੇ ਨੇ, ਇੱਧਰ ਵੀ ਬੜੀ ਕਦਰ ਕਰਦੇ ਨੇ। ਜਿਹੜੀ ਅਫਸੋਸ ਦੀ ਗੱਲ ਹੈ ਕਿ ਪਾਕਿਸਤਾਨ ਵਿੱਚ ਮੈਂ ਉਹਨਾਂ ਨੂੰ ਪੁੱਛਿਆ, ਮੈਂ ਬਹੁਤ 7-8 ਜਾ ਕੇ ਆਇਆ ਮੈਂ, ਕਿ ਤੁਸੀਂ ਅਸੀਂ ਤੁਹਾਡੇ ਲਿਟਰੇਚਰ ਆ ਜਿਹੜਾ ਗਿਆਨੀ 'ਚ, FA 'ਚ, BA 'ਚ, MA 'ਚ ਬਹੁਤ ਸਾਰਿਆਂ ਲੋਕਾਂ ਨੇ ਸਾਡੇ ਵਾਲੇ ਪੰਜਾਬ ਜਾਂ ਇੱਧਰਲੀਆਂ ਯੂਨੀਵਰਸਿਟੀਆਂ 'ਚ ਜਿਹੜੇ ਉੱਧਰਲੇ ਮੁਸਲਿਮ ਪੋਇਟਸ ਨੇ ਉਹਨਾਂ ਦੀ PhD ਕੀਤੀ ਹੈ। ਵਾਰਿਸ ਸ਼ਾਹ 'ਤੇ ਕੀ PhDs ਹੋਈਆਂ ਨੇ, ਬੁੱਲੇ ਸ਼ਾਹ 'ਤੇ ਹੋਈਆਂ ਨੇ, ਸ਼ਾਹ ਹੁਸੈਨ 'ਤੇ ਹੋਈਆਂ ਨੇ, ਹੋਰਨਾਂ ਰਾਈਟਰ 'ਤੇ ਹੋਈਆਂ ਨੇ। ਪਾਕਿਸਤਾਨ 'ਚ ਕਿਸੇ ਰਾਈਟਰ ਦਾ ਕੋਈ ਕਿਤਾਬ ਨਹੀਂ ਆਪਣੀ ਉੱਥੇ ਜਿਹੜੀ ਕਿਸੇ ਕੋਰਸ 'ਚ ਲਾਈ ਜਾਂਦੀ। ਜੇ ਕੋਰਸਾਂ 'ਚ ਕੋਈ ਮਜਮੂਆ ਵੀ ਲੱਗਦਾ ਹੈ ਉਹਨਾਂ 'ਚ ਵੀ ਇੰਡੀਅਨ ਜਿਹੜੇ ਰਾਈਟਰ ਨੇ, ਭਾਵੇਂ ਮੁਸਲਮਾਨ ਵੀ ਹੋਣ, ਉਹਨਾਂ ਦਾ ਕਲਾਮ ਸ਼ਾਮਿਲ ਨਹੀਂ ਕੀਤਾ ਜਾਂਦਾ। ਇਹ ਉਹਨਾਂ ਨੂੰ ਮੈਂ ਕਿਹਾ, ਪੁੱਛਿਆ ਮੈਂ ਇਸ ਵਾਰ ਫਖਰ ਜ਼ਮਾਨ ਨੂੰ ਪੁੱਛਿਆ, ਜੀ ਉੱਥੋਂ ਦੇ ਹੋਰ ਰਾਈਟਰਸ ਨੂੰ ਪੁੱਛਿਆ, ਉਹ ਕਹਿੰਦੇ ਜੀ ਸਾਡੇ ਮੌਲਵੀ ਨਹੀਂ ਲੱਗਣ ਦਿੰਦੇ। ਅੱਛਾ ਜੀ ਉਹ ਕਹਿੰਦੇ ਵੀ ਮੌਲਵੀ ਸਾਡੇ ਜ਼ਿਆਦਾ ਸਟਰੋਂਗ ਨੇ, ਉਹ ਸਾਡੀ ਚੱਲਣ ਨਹੀਂ ਦਿੰਦੇ। ਪਰ ਮੈਂ ਉਹਨਾਂ ਦੇ ਇਸ ਜਵਾਬ ਨਾਲ ਸਹਿਮਤ ਨਹੀਂ ਹਾਜ਼ਰ ਨਹੀਂ ਹੈ ਜੀ 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 ਉੱਥੇ, ਕਿਉਂਕਿ ਜਿਹੜਾ ਲਿਟਰੇਚਰ ਹੈ ਇਸ ਨੂੰ ਤੁਸੀਂ ਸ਼ਾਹਮੁਖੀ 'ਚ ਹੈ ਜਾਂ ਰੋਮਨ ਵਿੱਚ ਹੈ ਜਾਂ ਗੁਰਮੁਖੀ 'ਚ ਹੈ, ਇਸ ਨੂੰ ਤੁਸੀਂ ਨਹੀਂ ਵੰਡ ਸਕਦੇ। ਇਹਨੂੰ ਲਿਪੀ ਦੇ ਆਧਾਰ 'ਤੇ ਵੰਡੀਆਂ ਨਹੀਂ ਪਾਈਆਂ ਜਾ ਸਕਦੀਆਂ। ਜੀ 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 ਜਿਹੜਾ ਲਿਟਰੇਚਰ ਪੰਜਾਬੀ ਦਾ, ਉਹ ਤਾਂ ਲਿਟਰੇਚਰ ਹੀ ਹੈ, ਉਹਨੂੰ ਤੁਸੀਂ ਡਿਫਰੈਂਸ਼ੀਏਟ ਕਰੋ ਨਹੀਂ ਜੀ, ਗੁਰਮੁਖੀ ਜੀ ਲਿਖਿਆ ਗਿਆ ਜਾਂ ਕਿਸੇ ਹੋਰ ਲਿਪੀ 'ਚ ਲਿਖਿਆ ਗਿਆ, ਅਸੀਂ ਨਹੀਂ ਮੰਨਦੇ ਔਰ ਮੰਨਿਆ ਜਾਣਾ ਵੀ ਨਹੀਂ ਚਾਹੀਦਾ। ਉਸ ਤਰ੍ਹਾਂ ਤੁਸੀਂ ਮੇਰੇ ਵਿਚਾਰ ਨਾਲ ਸਹਿਮਤ ਹੋ ਗਏ ਜੀ। ਜੀ 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 ਅਸੀਂ ਤਾਂ ਹੀ ਉਸ ਲਿਟਰੇਚਰ ਦੇ ਵੀ, ਉਸ ਲਿਪੀ ਵਿੱਚ ਲਿਖੇ ਲਿਟਰੇਚਰ ਦੀ ਵੀ ਉਨੀ ਹੀ ਗੱਲ ਕਰ ਰਹੇ ਹਾਂ ਜਿੰਨੀ ਅਸੀਂ ਗੁਰਮੁਖੀ 'ਚ ਲਿਖੇ ਲਿਟਰੇਚਰ ਦੀ ਗੱਲ ਕਰ ਰਹੇ ਹਾਂ। ਅਤੇ ਮੈਂ ਤੁਹਾਨੂੰ ਨੈਕਸਟ ਇਹ ਪੁੱਛਣਾ ਚਾਹਾਂਗਾ ਕਿ ਜਿਹੜੀ ਜਦ ਗੁਰਮੁਖੀ ਲਿਪੀ 'ਚ ਲਿਖੇ ਪੰਜਾਬੀ ਲਿਟਰੇਚਰ ਦੀ ਡਿਵਲਪਮੈਂਟ ਹੁੰਦੀ ਹੈ ਅਤੇ ਉਸ ਦੇ ਵਿੱਚ ਜਿਹੜੇ ਦੋ ਬੜੇ ਪ੍ਰੋਮੀਨੈਂਟ ਨਾਮ ਸਾਹਮਣੇ ਆਉਂਦੇ ਹਨ, ਉਹ ਭਾਈ ਵੀਰ ਸਿੰਘ ਜੀ ਦਾ ਔਰ ਭਾਈ ਨਾਨਕ ਸਿੰਘ ਜੀ ਦਾ ਆਉਂਦਾ ਹੈ। ਸਾਨੂੰ ਇਹਨਾਂ ਦੇ ਕੰਮ ਬਾਰੇ, ਇਹਨਾਂ ਦੇ ਕੁਛ ਮੇਨ ਜਿਹੜੇ ਉਹਨਾਂ ਦੇ ਰਾਈਟਿੰਗਸ ਹਨ, ਉਹਨਾਂ ਦੀ ਬੁੱਕਸ ਹਨ, ਉਹਦੇ ਬਾਰੇ ਕੁਝ ਦੱਸੋਗੇ? ਇਹ ਵੀ ਨੇ ਪ੍ਰੋਫੈਸਰ ਪੂਰਨ ਸਿੰਘ, ਧਨੀ ਰਾਮ ਚਾਤਰਕ ਹੈ, ਜੀ ਹੋਰ ਵੀ ਹੈਗੇ। ਇਹਨਾਂ ਨੇ ਜਦੋਂ ਇਹਨਾਂ ਨੇ ਕੰਮ ਕੀਤਾ ਪੰਜਾਬੀ ਵਿੱਚ, ਜਾਂ ਕਿਰਪਾ ਸਾਗਰ ਹੈਗੇ ਨੇ, ਮੁਸਲਮਾਨ ਵੀ ਹਨ, ਮੈਨੂੰ ਨਾਂ ਨਹੀਂ ਯਾਦ ਆ ਰਿਹਾ। ਜੀ ਇਹਨਾਂ ਇਹਨਾਂ ਬੇਸਿਕਲੀ ਇਹਨਾਂ ਨੇ ਸਟਾਰਟ ਕੀਤਾ, ਔਰ ਇਹ ਬੜੀ ਵੱਡੀ ਗੱਲ ਸੀ। ਇਹਨਾਂ ਨੇ ਜੋ ਸਟਾਰਟ ਕਰਕੇ ਗੁਰਮੁਖੀ ਲਿਪੀ ਦੀ ਜਾਂ ਪੰਜਾਬੀ ਲਿਟਰੇਚਰ ਦੀ ਜੋ ਝੋਲੀ ਭਰੀ, ਜੀ ਬਲਕਿ ਜੇ ਲਿਪੀ ਦੇ ਚੱਕਰ 'ਚ ਨਾ ਪਈਏ, ਲਿਪੀ ਤਾਂ ਚਲੋ ਹੁਣ ਪੰਜਾਬ ਵਿੱਚ ਜਾਂ ਬਾਹਰਲੇ ਮੁਲਕਾਂ 'ਚ ਵੀ, ਇੱਥੇ ਘਰ ਘਰ ਮੈਂ 21 ਲੋਕਾਂ ਨੂੰ ਮੈਂ ਇੱਥੇ ਗੁਰਮੁਖੀ ਟਾਈਪ ਕਰਨੀ ਸਿਖਾਈ ਹੈ। ਜੀ ਉਹਨਾਂ ਨੇ ਆਪਣੇ ਫੋਂਟ ਪਾਲੇ ਨੇ ਗੁਰਮੁਖੀ ਦੇ ਆਪਣੇ ਕੰਪਿਊਟਰ ਵਿੱਚ, ਔਰ ਉਹ ਸਿੱਖ ਗਏ ਨੇ। ਔਰ ਇਹ ਵੀ ਮੈਂ ਤਾਂ ਸੋਚਦਾ ਪੰਜਾਬੀ ਬੋਲੀ ਦੀ ਜਾਂ ਪੰਜਾਬੀ ਲਿਪੀ ਦੀ ਦੋਨਾਂ ਨੂੰ ਰਲਾ ਲਿਆ ਜਾਵੇ, ਬੜੀ ਵੱਡੀ ਸੇਵਾ ਹੈ ਕਿ ਲੋਕ ਪੰਜਾਬੀ 'ਚ ਲਿਖਣਾ ਵੀ ਸਿੱਖਣ, ਗੁਰਮੁਖੀ ਲਿਪੀ ਵਿੱਚ ਪੜ੍ਹਨਾ ਵੀ ਸਿੱਖਣ। ਹੁਣ ਇੱਥੋਂ ਕਿੰਨੇ ਅਖਬਾਰ ਅਮਰੀਕਾ 'ਚੋਂ ਅਤੇ ਟੋਰਾਂਟੋ 'ਚੋਂ ਜਾਂ ਕੈਨੇਡਾ ਵਿੱਚੋਂ ਪੰਜਾਬੀ ਦੇ ਨਿਕਲਦੇ ਨੇ, ਇਹ ਤਾਂ ਹੀ ਨਿਕਲਦੇ ਨੇ ਜੇ ਉਹ ਇਸ ਲਿਪੀ ਨੂੰ ਪੜ੍ਹ ਸਕਦੇ ਨੇ ਅਤੇ ਉਹਨਾਂ ਨੂੰ ਆਪਣੀ ਮਾਂ ਬੋਲੀ ਦੇ ਲਿਟਰੇਚਰ ਨਾਲ, ਅਖਬਾਰਾਂ ਨਾਲ ਪਿਆਰ ਹੈ। ਇਹ ਅਖਬਾਰ ਸਗੋਂ ਜ਼ਿਆਦਾ ਚੱਲਦੇ ਨੇ, ਕਿਤਾਬਾਂ ਨਹੀਂ। ਅਸੀਂ ਕਿਤਾਬਾਂ ਦੀਆਂ ਨੁਮਾਇਸ਼ਾਂ ਲਾਉਂਦੇ ਹਾਂ, ਨਹੀਂ ਵਿਕਦੀਆਂ। ਅਖਬਾਰ ਕਿਉਂਕਿ ਫ੍ਰੀ ਨੇ, ਉਹ ਉਦੋਂ ਹੀ ਲੋਕ ਲੈ ਜਾਂਦੇ ਨੇ। ਨਾਲੇ ਉਹਦੇ 'ਚ ਮਗਰ ਕੀ ਹੋ ਰਿਹਾ ਹੈ, ਕੀ ਹੋਇਆ ਹੈ ਕੈਨੇਡਾ 'ਚ, ਕੀ ਹੋ ਰਿਹਾ ਹੈ, ਲੋਕ ਪੜ੍ਹ ਕੇ ਆਪਣੇ ਪਿੱਛੇ ਨਾਲ ਜੁੜਨਾ ਪਸੰਦ ਕਰਦੇ ਨੇ। ਇਹ ਵੀ ਕੁਝ ਵੀ ਹੈ, ਗੁਰਦੁਆਰੇ ਵੀ ਪੰਜਾਬੀ ਦੇ ਪ੍ਰਚਾਰ ਦਾ ਬਹੁਤ ਵੱਡਾ ਸਾਧਨ ਨੇ, ਅਖਬਾਰਾਂ ਰਸਾਲੇ ਵੀ ਨੇ, ਰੇਡੀਓ ਵੀ ਨੇ, ਫਿਰ ਆਪਣੀਆਂ ਜਿਹੜਾ TV ਹੈ ਇਹ ਵੀ ਹੈ। ਹੁਣ ਅਸੀਂ ਪੰਜਾਬੀ 'ਚ ਗੱਲ ਕਰ ਰਹੇ ਹਾਂ, ਕਿੰਨੇ ਲੋਕ ਇਸ ਨੂੰ ਸੁਣ ਰਹੇ ਜਾਂ ਵੇਖ ਰਹੇ ਨੇ। ਇਹ ਪੰਜਾਬੀ ਦੀ ਪ੍ਰਮੋਸ਼ਨ ਹੈ ਔਰ ਬੜੀ ਹੈਲਦੀ ਪ੍ਰਮੋਸ਼ਨ ਹੈ ਜੀ। ਪਰ ਬਲਬੀਰ ਸਿੰਘ ਜੀ, ਮੈਂ ਪਰਸਨਲੀ ਇਹ ਫੀਲ ਕਰਦਾ ਕਿ ਜਿਹੜਾ ਲਿਟਰੇਚਰ ਹੈ ਉਸਦੇ ਨਾਲ ਜਿਹੜਾ ਐਕਸਪੋਜਰ ਹੈ ਉਹ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਕਿਆ ਇਹ ਜਿਹੜੀ ਪੰਜਾਬੀ ਕਿਤਾਬਾਂ ਨੂੰ ਤੁਸੀਂ ਦੱਸਿਆ ਕਿ ਇਹਨਾਂ ਨੇ, ਭਾਈ ਵੀਰ ਸਿੰਘ ਨੇ, ਭਾਈ ਨਾਨਕ ਸਿੰਘ ਜੀ ਨੇ ਇਹ ਸ਼ੁਰੂ ਕੀਤਾ ਗੁਰਮੁਖੀ 'ਚ, ਇਸ ਨੂੰ ਅਸਟੈਬਲਿਸ਼ ਕੀਤਾ, ਬੜੀ ਮਸ਼ਹੂਰ ਕੁਛ ਕਿਤਾਬਾਂ ਹੋਈਆਂ। ਭਾਈ ਨਾਨਕ ਸਿੰਘ ਜੀ ਦੀ ਇੱਕ ਕਿਤਾਬ ਸੀ ਪਵਿੱਤਰ ਪਾਪੀ, ਜਿਸ ਨੂੰ ਲੀਓ ਟੋਲਸਟਾਏ ਦੀ ਗ੍ਰੈਂਡ ਡਾਟਰ ਨੇ ਆਪ ਰਸ਼ੀਅਨ ਵਿੱਚ ਟ੍ਰਾਂਸਲੇਟ ਕੀਤਾ। ਮਗਰ ਸਾਡੀ ਜਿਹੜੀ ਕਮਿਊਨਿਟੀ ਹੈ ਉਹ ਇਨ ਕਿਤਾਬਾਂ ਨੂੰ ਐਕਸਪੋਜ਼ ਨਹੀਂ ਹੈ, ਅਸੀਂ ਇਹ ਕਿਤਾਬਾਂ ਨਹੀਂ ਵੇਖਦੇ। ਔਰ ਜੋ ਸ਼ੁਰੂ 'ਚ ਅਸੀਂ ਗੱਲ ਕੀਤੀ ਸੀ, ਪੰਜਾਬ ਵਿੱਚ ਰਹਿੰਦੇ, ਇੰਡੀਆ ਵਿੱਚ ਰਹਿੰਦੇ, ਸ਼ਾਇਦ ਸਕੂਲਾਂ ਵਿੱਚ
ਇਹ ਕਿਤਾਬਾਂ ਬੁੱਲੇ ਸ਼ੇ ਸ਼ਾਇਦ ਕਾਫੀਆਂ ਤੁਹਾਨੂੰ ਪੜ੍ਹਾਤੀ ਜਾਣ, ਬਟ ਜਿਹੜੇ ਸਾਡੇ ਬੱਚੇ ਇੱਥੇ ਪੜ੍ਹਦੇ ਪੈਣ, ਜਦ ਤੱਕ ਅਸੀਂ ਇਹ ਕਿਤਾਬਾਂ ਉਹਨਾਂ ਤੱਕ ਨਹੀਂ ਪਹੁੰਚਾਂਗੇ, ਉਹਨਾਂ ਨੂੰ ਐਕਸਪੋਜ਼ਰ ਕਿਵੇਂ ਮਿਲੇਗਾ? ਔਰ ਤੁਹਾਨੂੰ ਲੱਗਦਾ ਨਹੀਂ ਉਹ ਜ਼ਰੂਰੀ ਹੈ? ਨਹੀਂ, ਜ਼ਰੂਰੀ ਤਾਂ ਬਹੁਤ ਲੱਗਦਾ ਹੈ ਜੀ, ਪਰ ਇਹ ਸਿਚੁਏਸ਼ਨਲ ਪ੍ਰੋਬਲਮ ਹੈ ਜੀ। ਜੇ ਅਸੀਂ ਇੱਥੇ ਆ ਗਏ ਹਾਂ, ਸਾਡੇ ਬੱਚੇ ਜਿਹੜੇ ਸਕੂਲਾਂ 'ਤੇ ਜਾਂਦੇ ਆ, ਹਾਂਜੀ, ਮੈਂ ਇੱਥੇ 15 ਸਾਲ ਇੱਕ ਸਕੂਲ 'ਚ ਪੰਜਾਬੀ ਪੜ੍ਹਾਉਂਦਾ ਰਿਹਾ ਜੀ, ਜਿਹੜੇ ਬੱਚਿਆਂ ਨੂੰ ਮੈਂ ਪੰਜਾਬੀ ਪੜ੍ਹਾਈ, 11-12 ਉਦੋਂ 13 ਗ੍ਰੇਡ ਹੁੰਦਾ ਸੀ, ਉਹ ਸਿਆਣੇ ਬੱਚੇ ਸੀ, 14-15-16 ਸਾਲ ਦੀ ਉਮਰ ਦੀਆਂ ਕੁੜੀਆਂ ਮੁੰਡੇ, ਉਹ ਬਾਅਦ 'ਚ ਕਈ ਵਾਰੀ ਮਿਲੇ, ਉਹ ਕਹਿੰਦੇ ਜੀ ਜਦੋਂ ਤੁਸੀਂ ਸਾਨੂੰ ਪੜ੍ਹਾਉਂਦੇ ਸੀ ਉਦੋਂ ਸਾਨੂੰ ਸਭ ਕੁਝ ਯਾਦ ਸੀ, ਹੁਣ ਸਾਨੂੰ ਸਭ ਕੁਝ ਭੁੱਲ ਗਿਆ ਹੈ ਜੀ। ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਇਸ ਤਰ੍ਹਾਂ ਨਵੇਂ ਬੱਚੇ ਜਿਹੜੇ ਆਉਂਦੇ ਨੇ, ਜਿਹੜੇ ਇੰਡੀਆ 'ਚ ਆਉਂਦੇ ਨੇ ਮਾਪਿਆਂ ਦੇ ਨਾਲ, ਉਹਨਾਂ ਨੂੰ ਪੰਜਾਬੀ ਆਉਂਦੀ ਹੈ, ਪਰ ਜਿਹੜੇ ਇੱਥੋਂ ਦੇ ਬੱਚੇ ਨੇ ਉਹ ਪੰਜਾਬੀ ਹੋਰ ਹੀ ਤਰ੍ਹਾਂ ਬੋਲਦੇ ਨੇ, ਉਹਨਾਂ ਜੇ ਉਹ ਸਕੂਲਾਂ 'ਚ ਗ੍ਰੇਡ ਲੈਣ ਲਈ, ਮੈਰਿਟ ਲੈਣ ਲਈ ਲੈਂਦੇ ਨੇ ਪੰਜਾਬੀ, ਚਲੋ ਕੁਛ ਨਾ ਕੁਛ ਉਹ ਕਰਦੇ ਨੇ, ਭਾਵੇਂ ਉਹਨਾਂ ਨੂੰ ਪੰਜਾਬੀ ਬਾਅਦ 'ਚ ਭੁੱਲ ਜਾਂਦੀ ਹੈ, ਲਿਖਣੀ ਨਹੀਂ ਆਉਂਦੀ, ਕਦੇ ਵੀ ਕੋਈ ਬੋਲੀ ਨਹੀਂ ਮਰ ਸਕਦੀ, ਨਵੇਂ ਮਰਦੀ ਵੇਖੀ ਹੈ। ਸੋ ਇਸ ਲਈ ਆਸਵੰਦ ਰਹਿਣਾ ਚਾਹੀਦਾ ਹੈ ਕਿ ਜਦੋਂ ਅਸੀਂ ਆਏ ਸਾਂ ਉਦੋਂ ਤਾਂ ਇੰਨਾ ਕੁਝ ਨਹੀਂ ਸੀ, ਅੱਜ ਕਿੰਨੇ ਲੇਖਕ ਇੱਥੇ ਆ ਗਏ ਨੇ ਅਮਰੀਕਾ ਕੈਨੇਡਾ 'ਚ। ਬਲਬੀਰ ਸਿੰਘ ਜੀ, ਅਸੀਂ ਪਈ ਜਾਂਦੇ ਨੇ ਤੁਹਾਡੇ ਨਾਲ, ਇਹ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ। ਦ ਵੇ ਫੋਰਵਰਡ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ, ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਬਲਬੀਰ ਸਿੰਘ ਜੀ, ਅਸੀਂ ਤੁਹਾਡੀ ਇਸ ਗੱਲ ਨੂੰ ਬਿਲਕੁਲ ਮੰਨਦੇ ਹਾਂ ਕਿ ਹੁਣ ਬਾਹਰ ਬੈਠੇ 20 ਲੋਕ ਇਸ 'ਤੇ ਕੰਮ ਕਰ ਰਹੇ ਹਨ, ਕਈ ਸੈਕਿੰਡ ਜਨਰੇਸ਼ਨ ਜਿਵੇਂ ਇੱਕ ਅਜੈਨ ਕਮਲ ਜੀ ਹਨ ਜਿਨ੍ਹਾਂ ਦਾ ਜਨਮ ਕੀਨੀਆ ਵਿੱਚ ਹੋਇਆ, ਉਹ ਪੰਜਾਬੀ 'ਚ ਲਿਖਦੇ ਹਨ, ਰੂਪ ਢਿੱਲੋਂ ਹਨ ਜੋ ਸੈਕਿੰਡ ਜਨਰੇਸ਼ਨ ਹਨ ਉਹ ਪੰਜਾਬੀ ਲਿਖਦੇ ਹਨ, ਸ਼ਿਵਚਰਨ ਜੱਗੀ ਜੀ ਹਨ ਜੋ ਬੜੇ ਇੱਕ ਸਕਸੈਸਫੁਲ ਰਾਈਟਰ ਹਨ, ਇਹ ਬਾਹਰ ਆ ਕੇ ਵੀ ਆਪਣੀ ਜਿਹੜੀ ਆਪਣੇ ਕਲਚਰ ਦੀ, ਆਪਣੀ ਸੱਭਿਅਤਾ ਦੀ ਜਿਹੜੀ ਸੇਵਾ ਹੈ ਉਹ ਲੋਕ ਕਰ ਰਹੇ ਹਨ। ਬਟ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਇੰਸਟੀਟਿਊਸ਼ਨਲ ਲੈਵਲ 'ਤੇ ਕਿਆ ਸਾਡੇ ਐਸੇ ਅਦਾਰੇ ਹੈਨ, ਐਸੇ ਇੰਸਟੀਟਿਊਸ਼ਨਸ ਹੈਨ ਜੋ ਲਿਟਰੇਚਰ ਦੀ ਪ੍ਰੋਡਕਸ਼ਨ ਨੂੰ, ਉਸਨੂੰ, ਉਸਦੀ ਡਿਸਟ੍ਰੀਬਿਊਸ਼ਨ ਨੂੰ ਪ੍ਰਮੋਟ ਕਰਦੇ ਹਨ, ਜੋ ਸਾਡੇ ਰਾਈਟਰਸ ਨੂੰ ਇਨਕਰੇਜ ਕਰਦੇ ਹਨ, ਸਪੋਰਟ ਕਰਦੇ ਹਨ? ਜਿਹੜਾ ਤੁਸੀਂ ਸਵਾਲ ਕੀਤਾ ਹੈ ਜੀ, ਇਹ ਤਾਂ ਔਖਾ ਸਵਾਲ ਹੈ ਕਿਉਂਕਿ ਇਹਦਾ ਜਵਾਬ ਬਹੁਤਾ ਨਾਂ ਵਿੱਚ ਹੈਗਾ। ਕੋਈ ਇਸ ਨੂੰ ਪ੍ਰਮੋਟ ਕਰਨ ਵਾਲੇ ਅਦਾਰੇ ਨਹੀਂ ਹਨ, ਜਿਹੜੇ ਰਾਈਟਰ ਲਿਖਦੇ ਨੇ ਜਾਂ ਜਿਹੜੇ ਉਹਨਾਂ ਦੇ ਦੋਸਤ ਨੇ ਜਾਂ ਗਰੁੱਪ ਨੇ ਜਾਂ ਕੋਈ ਉਹਨਾਂ ਦੀਆਂ ਸਭਾਵਾਂ ਬਣੀਆਂ ਹੋਈਆਂ ਨੇ, ਉਹ ਆਪਣੇ ਲੈਵਲ 'ਤੇ ਇਸ ਨੂੰ ਕੁਝ ਕਰ ਰਹੇ ਨੇ। ਜਿਹੜਾ ਗਵਰਨਮੈਂਟ ਲੈਵਲ 'ਤੇ ਜਿੰਨੇ ਵੀ ਸਕੂਲ ਨੇ ਉਹਨਾਂ ਇੱਥੇ ਸਕੂਲਾਂ 'ਚ ਜਿੱਥੇ ਮੈਂ ਇੱਥੇ ਪੜ੍ਹਾਉਂਦਾ ਰਿਹਾ 12-15 ਸਾਲ, ਜੇ ਤੁਸੀਂ 30 ਬੱਚੇ ਇਕੱਠੇ ਕਰ ਲੈਂਦੇ ਹੋ ਤਾਂ ਤੁਸੀਂ ਆਪਣੀ ਬੋਲੀ ਚਾਹੇ ਹਿੰਦੀ ਹੈ, ਪੰਜਾਬੀ ਆ, ਬੰਗਾਲੀ ਆ, ਉੜੀਆ ਹੈ, ਉਹਦੇ ਵਿੱਚ ਤੁਸੀਂ ਕਲਾਸਾਂ ਲਾ ਸਕਦੇ ਹੋ। ਉਹ ਸਾਲ 'ਚ 30-35 ਕਲਾਸਾਂ ਲੱਗਦੀਆਂ ਨੇ, ਉਹ ਤਾਂ ਪ੍ਰੋਵੀਜ਼ਨ ਹੈ, ਪਰ ਅਸੀਂ ਲੋਕ ਕਰਦੇ ਵੀ ਰਹੇ ਹਾਂ। ਪਰ ਜਿਹੜੇ ਬੱਚੇ ਪੜ੍ਹਦੇ ਨੇ ਉਹ ਗ੍ਰੇਡ ਲੈਣ ਲਈ, ਮੈਰਿਟ ਲੈਣ ਲਈ ਆਉਂਦੇ ਵੀ ਨੇ, ਮਗਰ ਉਹ ਭੁੱਲ ਜਾਂਦੇ ਨੇ। ਪਰ ਇਹ ਅਗਰ ਇਹ ਕੋਸ਼ਿਸ਼ ਛੱਡਣੀ ਨਹੀਂ ਚਾਹੀਦੀ, ਯਾਨੀ ਭਾਵੇਂ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ, ਨਹੀਂ ਉਦੋਂ ਪੜ੍ਹਦੇ ਰਹੇ ਕਿਸੇ ਵੀ ਮਜਬੂਰੀ ਵਿੱਚ ਜਾਂ ਕਿਸੇ ਵੀ ਹਾਲਾਤ ਵਿੱਚ, ਬਾਅਦ 'ਚੋਂ ਨਹੀਂ ਪੜ੍ਹਦੇ, ਡਜ਼ਨਟ ਮੈਟਰ, ਸਪੋਕਨ ਤਾਂ ਉਹਨਾਂ ਨੂੰ ਆਉਂਦੀ ਹੈ, ਲਿਖਣੀ ਆਉਣੀ ਜਾਂ ਜਿਹੜੀ ਪੜ੍ਹੀ ਪੜ੍ਹਨੀ, ਜਿਹੜੀ ਛਪੀ ਹੋਈ ਚੀਜ਼ ਨੂੰ ਪੜ੍ਹਨਾ, ਇਹ ਮੁਸ਼ਕਲ ਆ ਉਹਨਾਂ ਵਾਸਤੇ। ਬਾਕੀ ਰਹੀ ਗੱਲ ਜਿਹੜਾ, ਮੈਂ ਤਾਂ ਇਸ ਤੋਂ ਅੱਗੇ ਜਾਂਦਾ ਹੈ, ਅੱਗੇ ਆ ਵੀ ਕੀ ਉਹ ਪੰਜਾਬੀ ਲਿਟਰੇਚਰ ਪੈਦਾ ਕਰਨਗੇ ਜੀ। ਕੋਈ ਕੋਈ ਇੰਜ ਨਹੀਂ ਲੱਗਦਾ ਜਵਾਬ ਇੱਕਦਮ ਕਹਿ ਦਿੱਤਾ ਜਾਵੇ ਨਹੀਂ ਜੀ, ਉਹ ਜ਼ਰੂਰ ਲਿਖਣਗੇ, ਕੋਈ ਕਵਿਤਾ ਲਿਖਣਗੇ, ਕਹਾਣੀ ਲਿਖਣਗੇ, ਨਾਵਲ ਲਿਖਣਗੇ, ਜਾਂ ਕੋਈ ਇੱਥੋਂ ਦੇ ਬਾਰੇ, ਇਸ ਮੁਲਕ ਬਾਰੇ ਕੋਈ ਲਿਖਣਗੇ, ਇਹੋ ਜਿਹੀ ਗੱਲ ਨਹੀਂ ਅਜੇ ਸਾਹਮਣੇ ਆ ਰਹੀ। ਪਰ ਕੋਈ ਕੋਈ ਤਾਂ ਸੂਰਮਾ ਉੱਠੇਗਾ ਇੰਨਿਆਂ 'ਚੋਂ, ਕੋਈ ਲਿਖਣ ਵਾਲਾ ਵੀ ਜਿਹਦੇ ਅੰਦਰ ਅੱਗ ਆ ਲਿਖਣ ਲੱਗ ਸਕਦਾ। ਪਰ ਹਾਲ ਦੀ ਘੜੀ ਇਸ ਤਰ੍ਹਾਂ ਦਾ ਕੋਈ ਸਾਹਮਣੇ ਆ ਨਹੀਂ ਰਿਹਾ, ਕੋਈ ਮੌਜੂਜ਼ਾ ਕਿ ਕੋਈ ਲਿਖਣ ਲੱਗਾ ਹੋਵੇ ਬੱਚਾ ਇੱਥੇ ਆ ਕੇ, ਖਾਸ ਤੌਰ 'ਤੇ ਜੇ ਇੱਥੋਂ ਦਾ ਜੰਮਿਆ ਹੋਵੇ ਤਾਂ। ਜੀ ਬਲਬੀਰ ਸਿੰਘ ਜੀ, ਇੱਕ ਅਸੀਂ ਮਤਲਬ ਇੱਕ ਕੈਪੀਟਲਿਸਟ ਸੋਸਾਇਟੀ 'ਚ ਰਹਿੰਦੇ ਹਾਂ, ਡਿਮਾਂਡ ਔਰ ਸਪਲਾਈ ਦੇ ਫਾਰਮੂਲੇ ਉੱਪਰ ਦੁਨੀਆ ਚੱਲਦੀ ਹੈ। ਦੇਖੋ ਵੈਸਟ ਵਿੱਚ ਜਿਹੜੇ ਰਾਈਟਰਸ ਹਨ, ਕਈ ਰਾਈਟਰਸ ਮਿਲੀਅਨਰਸ ਹੈਗੇ, ਉਹ ਬਹੁਤਾ ਪੈਸਾ ਕਮਾਉਂਦੇ ਹਨ ਕਿਉਂਕਿ ਉਹਨਾਂ ਦੀ ਡਿਮਾਂਡ ਹੈਗੀ ਹੈ, ਭਾਵੇਂ ਉਹ ਪਬਲਿਕ ਲਾਇਬ੍ਰੇਰੀਜ਼ ਉਹਨਾਂ ਦੀ ਕਿਤਾਬਾਂ ਖਰੀਦਣ, ਸਕੂਲ ਖਰੀਦਣ, ਜਾਂ ਆਮ ਅਸੀਂ ਵੇਖਦੇ ਹਾਂ ਇੱਕ ਪੜ੍ਹਨ ਦਾ ਕਲਚਰ ਹੈਗਾ। ਕਿਆ ਉਹ ਕਲਚਰ ਮਿਸਿੰਗ ਹੈਗਾ ਪੰਜਾਬੀ ਕਮਿਊਨਿਟੀ 'ਚ, ਸਿੱਖ ਕਮਿਊਨਿਟੀ 'ਚ? ਬਿਲਕੁਲ ਮਿਸਿੰਗ ਹੈਗਾ ਜੀ,
ਇਹ ਜੀ ਬਹੁਤ ਵਧੀਆ ਤੁਹਾਡਾ ਸਵਾਲ ਹੈ ਔਰ ਬੜਾ ਇਹ ਚੁਣੌਤੀ ਭਰਿਆ ਸਵਾਲ ਹੈ, ਇਟ ਇਜ਼ ਅ ਚੈਲੇਂਜ। ਜੀ ਮੈਨੂੰ ਜਦੋਂ ਮੈਂ ਨਵਾਂ ਨਵਾਂ ਆਇਆ ਤਾਂ ਮੈਨੂੰ ਕਈਆਂ ਨੇ ਪੁੱਛਿਆ, ਜਿਨ੍ਹਾਂ 'ਚ ਕੋਈ ਗੋਰੇ ਗੋਰੀਆਂ ਵੀ ਹੁੰਦੇ ਸੀ ਅਤੇ ਮੈਨੂੰ ਟੀਚਿੰਗ ਜੋਬ ਵੀ ਮਿਲ ਗਈ ਸੀ, ਜੀ ਅਤੇ ਉਹ ਕਹਿੰਦੇ ਵੀ ਤੂੰ ਹੋਰ ਕੀ ਕਰਦਾ? ਮੈਂ ਕਿਹਾ ਮੈਂ ਰਾਈਟਰ ਹੈ। ਜੀ ਕਹਿੰਦੇ ਦੈਨ ਯੂ ਵਿਲ ਬੀ ਵੈਰੀ ਰਿਚ। ਉਹ ਰਾਈਟਰ ਨੂੰ ਰਿਚ ਸਮਝਦੇ ਨੇ, ਜੀ ਸਾਡੇ ਰਾਈਟਰ ਨੂੰ ਗਰੀਬ ਸਮਝਦੇ ਨੇ। ਜੀ ਸਾਡੇ ਰਾਈਟਿੰਗ ਦੇ ਵਿੱਚੋਂ ਕੋਈ ਬੰਦਾ, ਈਵਨ ਨਾਨਕ ਸਿੰਘ, ਭਾਈ ਵੀਰ ਸਿੰਘ, ਅਮਰਤ ਸਿੰਘ ਪ੍ਰੀਤਲੜੀ ਵਰਗੇ ਜਿਹੜੇ ਵੱਡੇ ਰਾਈਟਰ ਸਨ, ਉਹ ਵੀ ਬੜੀ ਮੁਸ਼ਕਲ ਨਾਲ ਖਰਚੇ ਕੱਢ ਕੇ ਰਾਈਟਿੰਗ ਦੇ ਵਿੱਚੋਂ ਕਿਤਾਬਾਂ ਛਾਪ ਕੇ ਆਪਣਾ ਗੁਜ਼ਾਰਾ ਕਰਦੇ ਰਹੇ ਨੇ, ਕੋਈ ਉਹਨਾਂ 'ਚੋਂ ਅਮੀਰ ਨਹੀਂ ਅਖਵਾ ਸਕਿਆ। ਜੀ ਇਹ ਜਿਹੜਾ ਇਹ ਇੱਕ ਚੁਣੌਤੀ ਭਰਿਆ ਸਵਾਲ ਹੈ। ਇੱਥੇ ਆ ਕੇ ਅਸੀਂ ਜਿਹੜਾ ਲੋਕ ਲਿਖਦੇ ਹਾਂ, ਜਿਹੜੇ ਉੱਧਰੋਂ ਹੀ ਆਏ ਹਾਂ, ਇੱਥੋਂ ਤਾਂ ਜੰਮਿਆ ਤਾਂ ਕੋਈ ਮਿਲਿਆ ਨਹੀਂ ਜਿਹਨੇ ਪੰਜਾਬੀ 'ਚ ਲਿਖਣਾ ਸ਼ੁਰੂ ਕੀਤਾ ਹੋਵੇ। ਅਸੀਂ ਆਪਣੀਆਂ ਕਿਤਾਬਾਂ ਲਿਖਦੇ ਹਾਂ, ਸ਼ੌਕ ਪੂਰਾ ਕਰਦੇ ਹਾਂ, ਜ਼ਿੰਦਗੀ ਨੂੰ ਦੇਖਦੇ ਹਾਂ, ਵੱਖੋ ਵੱਖਰੇ ਪਾਤਰਾਂ ਨਾਲ ਸਾਡਾ ਮੇਲ ਹੁੰਦਾ ਹੈ, ਇੰਡੀਆ ਜਾ ਕੇ ਕੋਲੋਂ ਪੈਸੇ ਦੇ ਕੇ ਕਿਤਾਬਾਂ ਛਪਾਉਂਦੇ ਹਾਂ, ਛਪਾ ਕੇ ਫਿਰ ਉਹ ਕਾਫੀ ਮੁਸ਼ਕਲ ਨਾਲ ਕੋਈ ਨਾਲ ਆ ਜਾਂਦੀਆਂ ਨੇ, ਕੋਈ ਬਾਈ ਸ਼ਿਪ ਮੰਗਾਉਂਦੇ ਹਾਂ, ਇੱਥੇ ਲਿਆ ਕੇ ਰਿਲੀਜ਼ ਕਰਦੇ ਹਾਂ। ਰਿਲੀਜ਼ ਕਰਨ ਵੇਲੇ 100-50 ਬੰਦਾ ਇਕੱਠਾ ਕਰਦੇ ਹਾਂ, ਉਹਨਾਂ ਨੂੰ ਕਾਫੀ ਜਾਂ ਡਿਨਰ ਜਾਂ ਉਹਨਾਂ ਦੀ ਸੇਵਾ ਕਰਦੇ ਹਾਂ, ਖੋਣੇ ਪਿਆਉਂਦੇ ਹਾਂ, ਕਿਤਾਬਾਂ ਉੱਤੇ ਫ੍ਰੀ ਵੰਡਦੇ ਹਾਂ, ਕਿਤਾਬ ਕੋਈ ਖਰੀਦਦਾ ਨਹੀਂ ਹੈ। ਇਹ ਮੇਰੇ ਨਾਲ ਕਈ ਵਾਰਾਂ ਹੋਇਆ, ਮੈਂ ਅਜੇ ਵੀ ਨਹੀਂ ਹਟਾਂਗਾ, ਕਿਤਾਬ ਛਪੇਗੀ, ਲਿਖਾਂਗਾ, ਛਪੇਗੀ, ਛਪਾ ਕੇ ਲਿਆਵਾਂਗਾ, ਰਿਲੀਜ਼ ਕਰਾਂਗਾ, ਪਰ ਕਿਤਾਬ ਲੈਂਦਾ ਕੋਈ ਨਹੀਂ ਹੈ। ਜੀ ਬਲਬੀਰ ਸਿੰਘ ਮੈਂ ਜੀ, ਜਿਨ੍ਹਾਂ ਨੂੰ ਫ੍ਰੀ ਦੇ ਦਿੰਦੇ ਹਾਂ ਉਹ ਪੜ੍ਹਦੇ ਨਹੀਂ ਹਨ। ਜੀ, ਇਹ ਇਹ ਸਾਡੀ ਕਮਿਊਨਿਟੀ ਨੂੰ ਇਹ ਇਹ ਗੱਲ ਸਮਝਣੀ ਪਏਗੀ, ਔਰ ਇਹ ਗੱਲ ਅਸੀਂ ਕਈ ਵਾਰ ਇੱਥੇ ਕਰ ਚੁੱਕੇ ਹਾਂ ਕਿ ਇਹ ਸਰਕਾਰ ਦਾ ਕੰਮ ਨਹੀਂ ਹੈ। ਅਗਰ ਕੋਈ ਬੰਦਾ ਲਿਖਣਾ ਚਾਹੁੰਦਾ ਹੈ ਔਰ ਉਸਨੂੰ ਇੰਨੀ ਸਪੋਰਟ ਵੀ ਨਹੀਂ ਕਿ ਉਸਦੀ ਉਹ ਕਿਤਾਬ ਆਪਣੀ ਛਾਪ ਸਕੇਗਾ, ਮੈਂ ਕਿਸੇ ਰਾਈਟਰ ਨੂੰ ਜਾਣਦਾ ਜਿਹਨੇ ਇੱਕ ਸਿੱਖ ਰਿਲੇਟਿਡ ਸਬਜੈਕਟ 'ਤੇ ਬੜੀ ਰਿਸਰਚ ਕੀਤੀ, ਬੜਾ ਟਾਈਮ ਲਾਇਆ, ਕਿਤਾਬ ਛਾਪਣੀ ਚਾਹੀ, ਅਤੇ ਜਦੋਂ ਸਿੱਖ ਔਰਗਨਾਈਜੇਸ਼ਨਸ ਕੋਲ ਗਏ ਅਤੇ ਉਹਨਾਂ ਨੂੰ ਟੋਟਲ ਹਿੰਦੁਸਤਾਨੀ 4,000 ਰੁਪਏ ਦੀ ਹੈਲਪ ਔਫਰ ਕੀਤੀ ਗਈ, ਔਰ ਉਹ ਅੱਜ ਤੱਕ ਆਪਣੀ ਉਹ ਕਿਤਾਬ ਨਹੀਂ ਛਾਪ ਪਾਏ। ਅਗਰ ਅਸੀਂ ਇਹ ਲਿਟਰੇਚਰ ਜਿਹੜਾ ਹੈ ਉਸਨੂੰ ਪ੍ਰਮੋਟ ਕਰਨਾ ਚਾਹੁੰਦੇ ਹਾਂ, ਇਹ ਡਾਕੂਮੈਂਟੇਸ਼ਨ ਅਸੀਂ ਆਪਣੀ ਸੇਵ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਐਜ਼ ਏ ਕਮਿਊਨਿਟੀ ਇਹ ਇੰਸਟੀਟਿਊਸ਼ਨਸ ਡਿਵੈਲਪ ਕਰਨੀ ਪੈਣਗੀਆਂ। ਬਿਲਕੁਲ ਕਰਨੀ ਚਾਹੀਦੀ ਹੈ। ਮੈਂ ਤੁਹਾਡੇ ਵਿਚਾਰਾਂ ਨਾਲ 101% ਸਹਿਮਤ ਹਾਂ। ਜੀ ਮੈਂ ਇਹਦੇ 'ਤੇ ਕੰਮ ਵੀ ਕੀਤਾ ਹੈ। ਜੀ ਪਰ ਇਹਨਾਂ ਇੱਕ ਇਹਦਾ ਇੱਕ ਤਰੀਕਾ ਹੋਰ ਤਰ੍ਹਾਂ ਹੋਰ ਹੱਲ ਕੱਢਿਆ ਮੈਂ ਇਹਦਾ। ਜੀ ਜੀ, ਜੇ ਤੁਸੀਂ ਰਾਈਟਰ ਹੋ, ਤੁਸੀਂ ਕਿਤਾਬ ਲਿਖੀ ਹੈ, ਤੁਹਾਡੇ ਕੋਲ ਪੈਸੇ ਨਹੀਂ ਹਨ, ਜੀ, ਤਾਂ ਤੁਹਾਡੇ ਕੋਈ ਦੋਸਤਾਂ ਦਾ ਸਰਕਲ ਹੈ, ਉਹ ਤੁਹਾਨੂੰ 100-100, 200-200, ਕਈ $500 ਦੇ ਕੇ ਤੁਹਾਨੂੰ 2,000-2,000 ਦੇ ਦਿੰਦੇ, ਤੁਸੀਂ ਇੰਡੀਆ ਜਾ ਕੇ ਕਿਤਾਬ ਛਪਾ ਲਿਆਓ, ਲਿਆ ਕੇ ਕਾਫੀ ਸਾਰੀਆਂ ਕਿਤਾਬਾਂ ਉਹਨਾਂ ਨੂੰ ਦੇ ਦਿਓ, ਵੰਡ ਦੇਣਗੇ, ਇੱਕ ਫੰਕਸ਼ਨ ਕਰਕੇ ਕਿਤਾਬਾਂ ਉੱਥੇ ਵੰਡ ਦਿਓ, ਖਰੀਦਦਾ ਕੋਈ ਨਹੀਂ ਹੈ। ਪਰ ਪੰਜਾਬੀ 'ਚ ਕਿਤਾਬਾਂ ਛਪਣ ਦੀ ਜਿਹੜੀ ਪ੍ਰਥਾ ਹੈ, ਇਹ ਨਾ ਬੰਦ ਹੋਈ ਹੈ ਅਤੇ ਨਾ ਹੋਣੀ ਹੈ। ਕੋਈ ਖਰੀਦੇ ਜਾਂ ਨਾ ਖਰੀਦੇ, ਪੜ੍ਹੇ ਜਾਂ ਨਾ ਪੜ੍ਹੇ, ਇੱਕ ਇਤਿਹਾਸ ਕਿਤਾਬ ਲਿਖਣ ਦਾ, ਕਿਤਾਬ ਛਪਣ ਦਾ, ਕਿਤਾਬ ਅੱਗੇ ਰਿਲੀਜ਼ ਕਰਨ ਦਾ, ਕਿਤਾਬ ਅੱਗੇ ਲੋਕਾਂ ਤੱਕ ਪਹੁੰਚਣ ਦਾ, ਇਹ ਚੱਲਦਾ ਤਰੀਕਾ ਚੱਲਦਾ ਹੈ। ਇਹ ਵੀ ਇੱਕ ਇੰਪੋਰਟੈਂਟ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਜੀ ਜੀ ਜੀ, ਨਹੀਂ ਅਸੀਂ ਇਸ ਗੱਲ ਨੂੰ ਬਿਲਕੁਲ ਮੰਨਦੇ ਹਾਂ, ਐਪਰੀਸ਼ੀਏਟ ਕਰਦੇ ਹਾਂ, ਬਟ ਮੈਂ ਆਪਣੇ ਕਮਿਊਨਿਟੀ ਮੈਂਬਰਸ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਮੈਟ੍ਰਿਕ ਵਿੱਚ ਸੀਗੇ, ਤੁਹਾਨੂੰ ਨਹੀਂ ਸੀ ਪਤਾ ਕਿ ਕਹਾਣੀ ਕੀ ਹੁੰਦੀ ਹੈ, ਬਟ ਤੁਸੀਂ ਪੜ੍ਹਦੇ ਬਹੁਤ ਸੀ, ਉਸੇ ਤਰ੍ਹਾਂ ਇੱਥੇ ਦੇ ਬੱਚਿਆਂ ਤੋਂ ਅਗਰ ਤੁਸੀਂ ਇਹ ਐਕਸਪੈਕਟ ਕਰੋ ਕਿ ਉਹ ਪੰਜਾਬੀ ਵਿੱਚ ਕੁਛ ਲਿਖਣ, ਉਸ ਵਾਸਤੇ ਪਹਿਲਾਂ ਜ਼ਰੂਰੀ ਇਹ ਹੈ ਕਿ ਉਹ ਪੰਜਾਬੀ ਵਿੱਚ ਕੁਛ ਪੜ੍ਹਨ, ਔਰ ਉਹ ਪੜ੍ਹਨ ਉਸ ਵਾਸਤੇ ਉਹ ਬੁੱਕਸ ਉਹਨਾਂ ਵਾਸਤੇ ਅਵੇਲੇਬਲ ਹੋਣ, ਉਹ ਉਹਨਾਂ ਨੂੰ ਉਸ ਚੀਜ਼ ਦਾ ਐਕਸਪੋਜਰ ਹੋਏ। ਇਹ ਸਾਡਾ ਕੰਮ ਹੈ, ਇਹ ਕਮਿਊਨਿਟੀ ਦਾ ਕੰਮ ਹੈ, ਇਹ ਐਲਡਰਸ ਦਾ ਕੰਮ ਹੈ, ਇਹ ਪੇਰੈਂਟਸ ਦਾ ਕੰਮ ਹੈ, ਅਤੇ ਉਹ ਬੜੀ ਸਰਵਿਸ ਕਰਾਂਗੇ ਉਨ ਬੱਚਿਆਂ ਲਈ, ਕਮਿਊਨਿਟੀ ਲਈ। ਅਗਰ ਜਿਹੜੀਆਂ 5-7 ਮੇਨ ਇੰਪੋਰਟੈਂਟ ਜਿਹੜੀ ਲਿਟਰੇਚਰ ਦੀ ਕਿਤਾਬਾਂ ਹਨ, ਉਸ ਤੋਂ ਵੱਧ ਉਹ ਆਪਣੇ ਘਰਾਂ ਵਿੱਚ ਉਹਨਾਂ ਨੂੰ ਪਹੁੰਚਾ ਸਕਣ, ਬੱਚਿਆਂ ਦੀ ਐਟਲੀਸਟ ਨਜ਼ਰ ਪੈਂਦੀ ਹੈ, ਕਦੀ ਚਲਦੇ ਫਿਰਦੇ ਪੜ੍ਹ ਹੀ ਲੈਂਦਾ ਕੋਈ, ਅਗਰ ਉਹ ਚੀਜ਼ ਘਰਾਂ ਵਿੱਚ ਨਹੀਂ ਹੈ, ਸਾਡੀ ਇੱਥੇ ਲਾਇਬ੍ਰੇਰੀਜ਼ ਨਹੀਂ ਹਨ, ਸਾਡੇ ਗੁਰੂ ਘਰਾਂ 'ਚ ਨਹੀਂ ਹੁੰਦੀ, ਤਾਂ ਉਸ ਚੀਜ਼ ਦਾ ਐਕਸਪੋਜਰ ਬੱਚਿਆਂ ਨੂੰ ਕਿਵੇਂ ਮਿਲੇਗਾ? ਮੈਂ ਇਹ ਗੱਲ ਸਮਝ ਨਹੀਂ ਸਕਦਾ। ਗੱਲ ਤੁਹਾਡੀ ਬਹੁਤ ਬਹੁਤ ਸੋਚ ਵਾਲੀ, ਚਿੰਤਾ ਵਾਲੀ ਅਤੇ ਡੂੰਘੀ ਗੱਲ ਹੈ। ਚਾਹੁੰਦਾ ਤਾਂ ਮੈਂ ਵੀ ਇਵੇਂ ਹਾਂ ਜਿਵੇਂ ਤੁਸੀਂ ਹੁੰਦਾ ਕਹਿ ਰਹੇ ਹੋ, ਹੁੰਦਾ ਨਹੀਂ ਹੈ। ਜੇ ਤੁਹਾਨੂੰ ਇੱਕ ਮੈਂ 2 ਮਿੰਟ 'ਚ ਮੈਂ ਪਹਿਲਾਂ ਇੱਕ ਇੱਥੇ ਮਿਸਿਸ ਗਰੇਵਾਲ ਲਾਇਬ੍ਰੇਰੀਅਨ ਸੀ ਟੋਰਾਂਟੋ ਦੀ ਸਭ ਤੋਂ ਵੱਡੀ ਲਾਇਬ੍ਰੇਰੀ 'ਚ, ਜੀ,
ਅਸੀਂ ਜਦੋਂ ਮੈਂ ਇੰਡੀਆ ਜਾਣਾ ਉੱਥੋਂ ਪੰਜਾਬੀ ਦੀਆਂ ਕਿਤਾਬਾਂ ਲੈ ਆਉਣੀਆਂ, ਉਹਨੇ ਸਾਰੀਆਂ ਕਿਤਾਬਾਂ ਮੇਥੋਂ ਲੈ ਲੈਣੀਆਂ, ਜੀ ਲੈ ਕੇ ਜਿੰਨੇ ਉਹਨਾਂ ਦੇ ਪੈਸਿਆਂ ਦੀ, ਜੇ ਫਰਜ਼ ਕਰੋ ਕਿਤਾਬ 500 ਰੁਪਏ ਦੀ ਹੈ ਤਾਂ ਉਹਨੇ ਉਹਦਾ $500 ਮੁੱਲ ਦੇਣਾ। ਜੀ ਯਾਨੀ ਇਸ ਤਰ੍ਹਾਂ ਕਰਕੇ ਕਈ ਦਫ਼ਾ ਅਸੀਂ ਜਿਹੜੀਆਂ ਇੰਡੀਆ 'ਚੋਂ ਲਿਆਂਦੀਆਂ ਕਿਤਾਬਾਂ ਲਿਆ ਕੇ ਇੱਥੇ ਵੱਡੀ ਲਾਇਬ੍ਰੇਰੀ 'ਚ ਟੋਰਾਂਟੋ ਦੀ 'ਚ ਦੇ ਕੇ ਅਸੀਂ ਆਪਣਾ ਖਰਚਾ ਜਾਂ ਕਿਰਾਇਆ ਜਾਂ ਕੱਢ ਲੈਂਦੇ ਸੀ। ਜੀ ਉਹ ਰਿਟਾਇਰ ਹੋ ਗਈ, ਉਹਦੇ ਬਾਅਦ ਉੱਥੇ ਇੱਕ ਚੀਨਾ ਆ ਗਿਆ, ਜੀ ਉਹਦੇ ਕੋਲ ਮੈਂ ਆਪਣੀ ਕਿਤਾਬ ਲੈ ਕੇ ਗਿਆ 800 ਸਫ਼ੇ ਦੀ। ਮੈਂ ਕਿਹਾ ਜੀ ਆਹ ਕਿਤਾਬ ਮਿਸਿਸ ਗਰੇਵਾਲ, ਕਹਿੰਦੇ ਉਹ ਤਾਂ ਰਿਟਾਇਰ ਹੋ ਗਈ। ਮੈਂ ਕਿਹਾ ਮੇਰੀ ਕਿਤਾਬ ਆ ਲੈ ਲਓ, ਕਹਿੰਦਾ ਮੈਂ ਨਹੀਂ ਲਵਾਂਗਾ। ਜੀ ਮੈਂ ਕਿਹਾ ਕਿਉਂ? ਕਹਿੰਦਾ ਮੈਨੂੰ ਕੀ ਪਤਾ ਇਹਦੇ ਵਿੱਚ ਕੀ ਹੈ। ਜੀ 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 ਮੈਂ ਕਿਹਾ ਮੇਰੀਆਂ ਇੱਥੇ ਆਲਰੇਡੀ ਕਿਤਾਬਾਂ ਹੈਗੀਆਂ ਨੇ, ਜੀ ਉਹਨੇ ਵੇਖੀ ਕੈਟਾਲੋਗ 'ਚ ਜਾਂ ਉੱਥੇ ਉਹਨੇ ਕੰਪਿਊਟਰ 'ਤੇ ਚੈੱਕ ਕੀਤਾ, ਮੇਰਾ ਨਾਂ ਵੀ ਸੀ, ਮੇਰੀਆਂ ਕਿਤਾਬਾਂ ਸੀ। ਕਹਿੰਦਾ ਮੈਂ ਤਾਂ ਵੀ ਤੁਹਾਡੀ ਕਿਤਾਬ ਨਹੀਂ ਲਵਾਂਗਾ। ਮੈਂ ਕਿਹਾ ਕਿਉਂ? ਕਹਿੰਦਾ ਮੈਨੂੰ ਕੀ ਪਤਾ ਇਹਦੇ 'ਚ ਕੀ ਹੈ, ਹੋ ਜੀ ਸਕਦਾ ਜੀ ਬੰਬ ਬਣਾਉਣ ਦੇ ਤਰੀਕੇ ਹੋਣ, ਜੀ ਕੋਈ ਹੋਰ ਇਹੋ ਜਿਹੀ ਗੱਲ ਹੋਵੇ ਜਿਹੜੀ ਅਸੀਂ ਲਾਇਬ੍ਰੇਰੀ 'ਚ ਨਾ ਲੈ ਸਕੀਏ। ਜੀ ਉਸ ਲੇਡੀ ਨੂੰ ਪੰਜਾਬੀ ਆਉਂਦੀ ਸੀ, ਉਹਨੇ ਲੈ ਲਈ ਕਿਤਾਬ। ਜੀ ਮੈਂ ਉਹਨੂੰ ਬਹੁਤ ਕਿਹਾ, ਮੈਂ ਕਿਹਾ ਮੈਂ ਕਿਤਾਬ ਇੱਥੇ ਛੱਡ ਕੇ ਚਲਾ ਜਾਂਦਾ ਫ੍ਰੀ, ਜੀ ਜੀ ਕਹਿੰਦਾ ਜੀ ਮੈਂ ਪਲੀਜ਼ ਕਾਲ ਕਰਾਂਗਾ ਅਤੇ ਉਹ ਔਰ ਤੁਹਾਨੂੰ ਕਿਤਾਬ ਆਪਣੀ ਲਿਜਾਣੀ ਪਏਗੀ। ਮੈਂ ਕਿਹਾ ਤੂੰ ਪਲੀਜ਼ ਕਾਲ ਕਰ ਲਾ। ਜੀ ਮੈਂ ਕਿਤਾਬ ਛੱਡ ਦਿੱਤੀ ਉੱਥੇ ਜੀ ਜੀ ਔਰ ਭੱਜ ਕੇ ਐਲੀਵੇਟਰ 'ਚ ਵੜ ਗਿਆ। ਪੁਲਿਸ ਦੇ ਆਉਣ ਤੋਂ ਪਹਿਲਾਂ ਮੈਂ ਸਬਵੇ 'ਚ ਵੜ ਗਿਆ, ਪੁਲਿਸ ਦੇ ਮੈਨੂੰ ਫੋਨ ਆ ਗਏ ਜਦੋਂ ਮੈਂ ਘਰ ਗਿਆ, ਵੀ ਆਪਣੀ ਕਿਤਾਬ ਵਾਪਸ ਲੈ ਕੇ ਆ। ਜੀ ਦਿਸ ਇਜ਼ ਅ ਬਲਬੀਰ ਟ੍ਰੈਜਿਕ ਸਿੰਘ ਜੀ, ਸਟੋਰੀ ਆਫ ਏ ਪੰਜਾਬੀ ਬੁੱਕ ਇਨ ਟੋਰਾਂਟੋ। ਯਾਨੀ ਬਲਬੀਰ ਸਿੰਘ ਜੀ, ਤੁਹਾਡੇ ਨਾਲ ਗੱਲਾਂ ਬਹੁਤ ਅਣਹਲੀ ਕਰਨ ਵਾਲੀਆਂ, ਸਮਾਂ ਇਜਾਜ਼ਤ ਨਹੀਂ ਦਿੰਦਾ, ਅਸੀਂ ਇਹ ਗੱਲ ਤੁਹਾਡੇ ਨਾਲ ਜਾਰੀ ਰੱਖਾਂਗੇ। ਔਰ ਇਹ ਜਿਹੜੀ ਤੁਸੀਂ ਸਾਨੂੰ ਇਹ ਗੱਲ ਦੱਸੀ ਹੈ ਇਹ ਲਾਇਬ੍ਰੇਰੀ ਵਾਲੀ, ਇਹ ਇਸੀ ਵਾਸਤੇ ਅਸੀਂ ਆਪਣੀ ਕਮਿਊਨਿਟੀ ਮੈਂਬਰਸ ਨੂੰ ਇਨਕਰੇਜ ਕਰਦੇ ਹਾਂ ਕਿ ਉਹ ਜਿਹੜੇ ਇੱਥੇ ਸਿਵਲ ਇੰਸਟੀਟਿਊਸ਼ਨਸ ਹਨ, ਜਿਹੜਾ ਪੋਲੀਟੀਕਲ ਪ੍ਰੋਸੈਸ ਹੈ, ਉਸ ਦੇ ਵਿੱਚ ਸ਼ਾਮਿਲ ਹੋਣ। ਇਹੀ ਉਹ ਐਗਜ਼ਾਮਪਲਸ ਹਨ ਜਿਸ ਤੋਂ ਪਤਾ ਚੱਲਦਾ ਕਿ ਕਿੰਨੀ ਇੰਪੋਰਟੈਂਟ ਹੈਗੀ ਹੈ ਤੁਹਾਡੀ ਇੰਗੇਜਮੈਂਟ ਇਨ ਸਿਵਲ ਇੰਸਟੀਟਿਊਸ਼ਨਸ ਦੇ ਨਾਲ। ਸਾਡੇ ਨਾਲ ਗੱਲ ਕਰਨ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਔਰ ਇਹ ਗੱਲ ਅਸੀਂ ਅੱਗੇ ਜਾਰੀ ਰੱਖਾਂਗੇ। ਅੱਜ ਸਾਡੇ ਨਾਲ ਗੱਲ ਕਰਨ ਦਾ ਸ਼ੁਕਰੀਆ। ਇਹ ਸੀ ਸਾਡਾ ਅੱਜ ਦਾ ਸ਼ੋਅ, ਤੁਸੀਂ ਵੇਖਦੇ ਰਹੋ ਦ ਵੇ ਫੋਰਵਰਡ।